ਦੇ ਬੀਜਪੀ ਦਾ ਹੱਕ ਮਾਰਿਆ ਬੀਜਪੀ ਦੇ ਕੋਟੇ ਚ ਡਿਪਟੀ ਸੀਐਮ ਬਣਦਾ ਸੀਗਾ ਜਦ ਕੀ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਡਿਪਟੀ ਸੀਐਮ ਬਣਾ ਦਿੱਤਾ دہੱਕੇ ਪੁਰਾਣਾ ਲੰਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ਦੇ ਮੰਚ ਤੋਂ ਦੇ ਕੇ ਗਏ ਨੇ ਪਰ ਇਸ ਸਭ ਦੇ ਵਿੱਚ ਇੱਕ ਖਾਸ ਚੀਜ਼ ਨਿਕਲ ਕੇ ਇਹ ਆਈ ਕਿ ਸ਼ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਉਹਨਾਂ ਨੇ ਮੰਚ ਤੇ ਸਿਫਤ ਕੀਤੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰਿਪਲੇਸਮੈਂਟ ਦੇ ਤੌਰ ਤੇ ਪੰਜਾਬ ਦੇਸ਼ ਵਿੱਚ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਖਾਸ ਤੌਰ ਤੇ ਰੈਲੀ ਤੋਂ ਫੌਰਨ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਟਸਾ ਦੇਨਿਕ ਸਵੇਰਾ ਦੇ ਸਟੂਡੀਓ ਪਹੁੰਚੇ ਨੇ ਢੀਂਟਸਾ ਸਾਹਿਬ ਦੇ ਨਾਲ ਉਹਨਾਂ ਦੇ ਸਹਿਯੋਗੀ ਵੀ ਨੇ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਫਲੋਰ ਤੋਂ ਕੈਂਡੀਡੇਟ ਦਮਨਵੀਰ ਫਲੋਰ ਦਮਨ ਜੀ ਤੁਹਾਡਾ ਵੀ ਸਵਾਗਤ ਹੈ ਸੜਨਾਲ ਤਜਿੰਦਰਪਾਲ ਸਿੰਘ ਸੰਧੂ ਜਨਰਲ ਸੈਕਟਰੀ ਨੇ ਸ਼ਰਮਨੀ ਅਕਾਲੀ ਦਲ ਸੰਯੁਕਤ ਦੇ ਗੁਰਚਰਨ ਸਿੰਘ ਚੰਨੀ ਕੈਸ਼ੀਅਰ ਸਯਮਲੀ ਸ਼ਰਮਨੀ ਅਕਾਲੀ ਦਲ ਸੰਯੁਕਤ ਦੇ ਪਰ ਅਸੀਂ ਸ਼ੁਰੂਆਤ ਪ੍ਰਧਾਨ ਸਾਹਿਬ ਤੋਂ ਕਰਾਂਗੇ ਟੀਨਸਾ ਸਾਹਿਬ ਜਿਹੜੀ ਗੱਲ ਮੈਂ ਕਹੀ ਹੈ ਸ਼ਰਮਨੀ ਅਕਾਲੀ ਦਲ ਸੰਯੁਕਤ ਜਿਹੜਾ ਉਹ ਰਿਪਲੇਸਮੈਂਟ ਦੇ ਤੌਰ ਤੇ ਅਧਿਕਾਰਿਕ ਤੌਰ ਤੇ ਪ੍ਰਧਾਨ ਮੰਤਰੀ ਨੇ ਅੱਜ ਪ੍ਰੋਜੈਕਟ ਕਰ ਦਿੱਤਾ ਬਿਲਕੁਲ ਠੀਕ ਹੈ ਅਸੀਂ ਉਹਦੀ ਰਿਪਲੇਸਮੈਂਟ ਕਿਉਂਕਿ ਅਸੀਂ ਸਿਧਾਂਤਕ ਤੌਰ ਤੇ ਸਾਡੀ મતਭੇਦ ਹੋਏ ਹੂੰ ਔਰ ਕੋਈ ਸਾਡਾ ਇਹ ਨਹੀਂ ਸੀ ਕਿ ਜਿਸ پارٹی ਲਈ ਇਸ ਇੰਨੇ ਜੇਲ੍ਹਾਂ ਕੱਟੀਆਂ ਇੰਨਾ ਕੁਝ ਕੀਤਾ ਹੋਵੇ ਉਹਨੂੰ ਛੱਡਣ ਦਾ ਮਕਸਦ ਹੀ ਅਸੀਂ ਵੀ ਅੰਦਰ ਬੈਠ ਕੇ ਸੀ ਕੋਸ਼ਿਸ਼ ਕੀਤੀ ਕਿ ਸੁਧਾਰ ਆ ਜਾਏ ਹਮ ਪਰ ਸੁਖਵੀਰ ਪ੍ਰਧਾਨ ਜਦੋਂ ਬਣਿਆ ਉਹਨੇ ਉਹਨੂੰ ਡਿਕਟੇਟਰ ਡਿਕਟੇਟਰ ਦੇ ਤੌਰ ਤੇ ਸ਼ੁਰੂ ਕਰ ਦਿੱਤਾ ਹਮ ਔਰ ਆਪਣੇ ਇੱਕ ਜਿਵੇਂ ਘਰ ਦੀ ਕੰਪਨੀ ਹੁੰਦੀ ਹੈ ਨਾ ਹਮ ਉਸ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਹਮ ਤੇ ਇਸ ਕਰਕੇ ਸਾਡਾ ਉਦੋਂ ਜਦੋਂ ਹਾਰੇ ਸਭ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਤੁਹਾਨੂੰ ਸੁਖਵੀਰ ਨੂੰ ਕਿ ਪ੍ਰਧਾਨ ਦੇ ਤੌਰ ਤੇ ਡਿਜ਼ਾਈਨ ਕਰਨਾ ਚਾਹੀਦਾ ਹਮ ਪਰ ਉਹ ਨਹੀਂ ਮੰਨਿਆ ਮੈਂ ਕਿਹਾ ਵੀ ਜਦੋਂ ਵੀ ਕੋਈ ਪਾਰਟੀ ਹਰੀ ਹੈ ਉਹਦੇ ਪ੍ਰਧਾਨ ਨੇ ਡਿਜ਼ਾਈਨ ਕਿਸੇ ਨੂੰ ਮਨਜ਼ੂਰ ਕੀਤਾ ਹੋਵੇ ਨਾ ਕੀਤਾ ਹੋਵੇ ਲੇਕਿਨ ਪ੍ਰਧਾਨ ਨੇ ਹਮੇਸ਼ਾ ਜਿੰਮੇਵਾਰੀ ਲਈ ਹੈ ਹਮ ਤੇ ਪਰ ਉਹ ਨਹੀਂ ਮੰਨੇ ਹਮ ਤੇ ਅਸੀਂ ਸਤਾਂ ਦੇ ਤੌਰ ਤੇ ਉਹਨਾਂ ਤੋਂ ਵੱਖਰੇ ਹੋ ਗਏ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਗਲਤੀ ਕੀਤੀ ਉਹ ਸੀ ਕਿ ਧਰਮ ਤੇ ਸਿਆਸਤ ਭਾਵੇਂ ਸਿੱਖਾਂ 'ਚ ਇਕੱਠੀ ਆ ਹਮ ਲੇਕਿਨ ਧਰਮ ਹਮੇਸ਼ਾ ਉੱਪਰ ਰਿਹਾ ਹਮ ਛੱਡ ਮਕਸਦੀ ਕਿ ਉਹਨੇ ਕੀ ਕੀਤਾ ਧਰਮ ਨੂੰ ਹੇਟਾ ਕਰਤਾ ਉਹਨੇ ਸਿਆਸਤ ਸਾਰੀ ਉੱਪਰ ਲਿਆਂਦੀ ਹਮ ਸਾਰੇ ਧਾਰਮਿਕ ਸਥਾਨਾਂ ਤੇ ਉਹਨੇ ਆਪਦਾ ਹੁਕਮ ਚਲਾਉਣਾ ਸ਼ੁਰੂ ਕਰ ਦਿੱਤਾ ਹਮ ਭਾਵੇਂ ਤਾਕਤਾਂ ਦੇ ਜਥੇਦਾਰ ਨੇ ਭਾਵੇਂ ਐਸਜੀਪੀਸੀ ਹੈ ਭਾਵੇਂ ਕੋਈ ਵੀ ਹੈ ਉਹਨੇ ਉੱਤੇ ਲੁੱਟ ਖੁੱਟ ਵੀ ਔਰ ਉਹ ਉਸਦੇ ਉਹਨਾਂ ਦੇ ਉੱਪਰ ਰਾਜ ਕਰਨਾ ਵੀ ਸ਼ੁਰੂ ਕਰ ਦਿੱਤਾ ਜਿਹੜਾ ਕਿ ਸਿੱਖ ਧਰਮ ਦੇ ਬਿਲਕੁਲ ਐਂਟੀ ਹੈ ਹਮ ਇਹ ਗੱਲ ਠੀਕ ਹੈ ਤਿੰਸਾ ਤੁਸੀਂ ਥੋੜਾ ਜਿਹਾ ਇਹ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬਦਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਿਵੇਂ ਬਣ ਸਕਦਾ ਹੈਗਾ ਔਰ ਇਹ ਰਾਹ ਕਿੱਡੀ ਕੁ ਦੂਰ ਹੈ ਕਿੱਡੀ ਕੁ ਔਖੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੋਲੇ ਆਪਣਾ ਇੱਕ ਕਾਡਰ ਹੈਗਾ ਤੁਹਾਡਾ ਦਹਾਕਿਆਂ ਦੀ ਸੇਵਾ ਹੈਗੀ ਉਸ ਪਾਰਟੀ ਦੇ ਵਿੱਚ ਉਹ ਕਾਡਰ ਸ਼ਿਫਟ ਕਰਨਾ ਕਿੱਡਾ ਔਖਾ ਕੰਮ ਹੈ ਨਹੀਂ ਨਹੀਂ ਕਾਡਰ ਤਾਂ ਤੁਸੀਂ ਹੁਣ ਵੀ ਕਿਸੇ ਨਾਲ ਜਿਹਦੇ ਨਾਲ ਗੱਲ ਕਰੋਗੇ ਉਹਦੇ ਨਾਲ ਜਿਹੜੇ ਹੈਗੇ ਉਹ ਸਾਰੇ ਦੁਖੀ ਨੇ ਲੇਕਿਨ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਏਗੀ ਪੇਰ ਤੁਸੀਂ ਦੇਖਣਾ ਕਿ ਸੁਖਵੀਰ ਦੇ ਨਾਲ ਕਿੰਨੇ ਕ ਬੰਦੇ ਰਹਿੰਦੇ ਹੂੰ ਉਹ ਬਾਦਲ ਸਾਡੇ ਹੀ ਹੋਏਗਾ ਕਿਉਂਕਿ ਸਾਰੇ ਸਾਡੇ ਨਾਲ ਆਉਣਾ ਉਹ ਕਹਿੰਦੇ ਨੇ ਕਿ ਅਸੈਂਬਲੀ ਨਿਕਲਣ ਤੋਂ ਫਿਰ ਤੋਂ ਨਾਲ ਆ ਮੰਗੇ ਹੂੰ ਢੀਂਸਾ ਸਾਹਿਬ ਇੱਕ ਚੀਜ਼ ਹੋਰ ਦੱਸੋ ਮੈਂ ਬਾਅਦ ਵਿੱਚ ਸਾਰਿਆਂ ਨੂੰ ਸ਼ਾਮਲ ਕਰਾਂਗੇ ਇਸ ਚੀਜ਼ ਦੇ ਇਸ ਗੱਲ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਨੇ ਅੱਜ ਮੰਚ ਤੋਂ ਕਿਹਾ ਕਿ ਮਨਰੰਜਨ ਕਾਲੀਆਂ ਨੂੰ ਡਿਪਟੀ ਸੀਐਮ ਬਣਾਉਣਾ ਸੀਗਾ ਪਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਸੁਖਵੀਰ ਬਾਦਲ ਨੂੰ ਹੀ ਡਿਪਟੀ ਸੀਐਮ ਬਣਾ ਦਿੱਤਾ ਉਸ ਸਮੇਂ ਪਾਰਟੀ ਦੇ ਵਿੱਚ ਹੋਇਆ ਕੀ ਤੁਸੀਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀਗੇ ਅੱਜ ਥੋੜਾ ਖੁੱਲ ਕੇ ਬੋਲਿਓ ਜਿਸ ਤਰ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਬੋਲੇ ਨੇ ਖੁਦ ਪਾਰਟੀ ਦੇ ਅੰਦਰੋਂ ਕੀ ਕਿਸੇ ਨੇ ਵਿਰੋਧ ਨਹੀਂ ਕੀਤਾ ਕਿ ਅਸੀਂ ਬੀਜੇਪੀ ਦਾ ਹੱਕ ਮਾਰ ਰਹੇ ਆ ਜਿਹੜੀ ਗੱਲ ਅੱਜ ਪ੍ਰਧਾਨ ਮੰਤਰੀ ਨੇ ਵੀ ਕਹੀ ਮੈਂ ਤੁਹਾਨੂੰ ਦੱਸਦਾ ਵੀ ਵੱਲਤ ਸਾਹਿਬ ਮਲੇਰ ਕੋਲ ਲਿ ਗਏ ਸੀ ਫੰਕਸ਼ਨ ਤੇ ਮੈਂ ਵੀ ਸੀ ਤੇ ਉਹਨਾਂ ਨੇ ਹੈਲੀਕਾਪਟਰ 'ਚ ਬੈਠਣ ਤੋਂ ਬਾਅਦ ਮੈਨੂੰ ਕਹਦੇ ਤੁਸੀਂ ਆ ਜਿਓ ਤੇ ਉਹਨੂੰ ਪਾਇਲਟ ਵਗੈਰਾ ਨੂੰ ਉਤਾਰਤਾ ਅਸੀਂ ਦੋਨੋਂ ਬੈਠੇ ਸੀਗੇ ਉਹ ਕਹਿੰਦੇ ਫੈਸਲਾ ਇਹ ਹੋਇਆ ਕਿ ਦੋ ਡਿਪਟੀ ਸੀਐਮ ਬਣਾ ਰਹੇ ਆ ਇੱਕ ਸੁਖਵੀਰ ਨੂੰ ਇੱਕ ਮਨੁਜ ਕਾਲੀਏ ਨੂੰ ਹੂੰ ਤੇ ਜਦੋਂ ਨਹੀਂ ਬਣਾਇਆ ਇਕੱਲੇ ਸੁਖਵੀਰ ਨੂੰ ਬਣਾਇਆ ਤੇ ਮੈਂ ਪੁੱਛਿਆ ਜਾ ਕੇ ਬਾਦ ਸਾਹਿਬ ਨੂੰ ਅੱਜ ਵੀ ਜਿੰਦੇ ਬਾਦ ਸਾਹਿਬ ਪੁੱਛ ਲਿਓ ਮੈਂ ਕਿ ਉਹਨੂੰ ਬਣਾਇਆ ਨਹੀਂ ਕਹਿੰਦਾ ਸੁਖਵੀਰ ਨਹੀਂ ਬੰਨੇ ਅੱਛਾ ਹੁਣ ਤੁਸੀਂ ਦੱਸੋ ਵੀ ਸੁਖਵੀਰ ਦਾ ਉਹਨੇ ਕਿਹਾ ਵੀ ਜੇ ਬਣਾਉਣਾ ਤਾਂ ਮੈਨੂੰ ਇਕੱਲੇ ਨੂੰ ਬਣਾਓ ਤੇ ਉਹਨੇ ਮੰਨਿਆ ਨਹੀਂ ਬਾਦ ਸਾਹਿਬ ਨੇ ਖੁਦ ਮੇਰੇ ਕੋਲ ਆ ਕੇ ਗੱਲ ਕਹੀ ਹੈ ਹੂੰ ਬੀਜਪੀ ਨੇ ਕੀ ਰਿਐਕਟ ਕੀਤਾ ਉਸ ਸਮੇਂ ਅੰਦਰ ਜਾਂ ਬੀਜਪੀ ਦੇ ਬਾਰੇ ਇਹ ਸੀਗਾ ਵੀ ਉਹਦੋਂ ਬਹੁਤ ਦਬਾਅ 'ਚ ਰਹਿੰਦੀ ਸੀ ਅਕਾਲੀ ਦਲ ਦੇ ਦੱਬੇ ਹੋਈ ਸੀ ਉਹ ਅੱਜ ਕਹਿੰਦੇ ਨੇ ਵੀ ਸਾਨੂੰ ਦਬਾ ਕੇ ਰੱਖਿਆ ਦੇਖੋ ਉਹ ਤਾਂ ਉਹਨੇ ਰਿਐਕਟ ਕੀਤਾ ਹੀ ਕੁਝ ਨਹੀਂ ਹੂੰ ਜੇ ਉਹ ਰਿਐਕਟ ਕਰਦੇ ਕਿ ਅਸੀਂ ਭਾਈ ਛੱਡ ਨੂੰ ਦਿਆ ਨਾ ਤਾਂ ਉਹਨਾਂ ਨੂੰ ਦੇਣ ਨੂੰ ਤਿਆਰ ਤਿਆਰ ਨੂੰ ਤਿਆਰ ਹੋ ਜਾਂਦੇ ਹੋ ਹੂੰ ਉਹਨਾਂ ਨੇ ਕੋਈ ਰਿਐਕਟ ਹੀ ਨਹੀਂ ਕੀਤਾ ਹੂੰ ਅਕਾਲੀ ਦਲ ਨੂੰ ਲੈ ਕੇ ਅਕਾਲੀ ਦਲ ਨੇ 96 'ਚ ਵੀ ਸਪੋਰਟ ਕੀਤੀ 13 ਦਿਨਾਂ ਦੀ ਸਰਕਾਰ ਸੀ ਜਾਂ 13 ਮਹੀਨਿਆਂ ਦੀ ਸਰਕਾਰ ਸੀ ਜਦੋਂ ਕਿਆ ਜਾਂਦਾ ਕਿ ਬੀਜੇਪੀ ਦੇ ਕੋਲੇ ਕੁਝ ਵੀ ਨਹੀਂ ਸੀ ਗਵਾਂ ਨੂੰ ਕੁਝ ਨਹੀਂ ਸੀ ਆਕਾਲੀ ਦਲ ਉਸ ਸਮੇਂ ਨਾਲ ਖੜਾ ਰਿਹਾ ਇਸ ਚੀਜ਼ ਨੂੰ ਕਿਵੇਂ ਦੇਖਦੇ ਭਾਈ ਸਾਹਿਬ ਵਰਸਾ ਹੋ ਗਿਆ ਵੀ ਇੱਕ ਵਾਰੀ ਤੁਸੀਂ ਉਦੋਂ ਖੜ ਗਏ ਜਦੋਂ ਉਹਨਾਂ ਕੋਲੇ ਕੁਝ ਨਹੀਂ ਸੀ ਫਿਰ ਉਹ ਤੁਹਾਡੇ ਨਾਲ ਖੜ ਗਏ ਵੀ ਜਦੋਂ ਤੁਹਾਡੇ ਕੋਲੇ ਬਹੁਤ ਕੁਝ ਸੀ ਨਹੀਂ ਉਦੋਂ ਸਾਡਾ ਮਕਸਦ ਸੀ ਕਿ ਦੇਖੋ ਕਿ ਭਾਈਚਾਰਕ ਇਕਤਾ ਹੁੰਦਾ 7-8 ਸਾਲ ਦੇ ਹਾਲਾਤ ਬਹੁਤ ਮਾੜੇ ਹੋ ਗਏ ਸੀ ਪੰਜਾਬ ਦੇ ਹੂੰ ਭਾਈ ਜਾਰੇ ਇੱਕ ਤਾਂ ਇੱਕ ਹਿੰਦੂ ਵੱਖਰੇ ਹੋਗੇ ਇੱਕ ਵੱਖਰੇ ਇੱਕ ਦੂਜੇ ਨਾਲ ਮਿਲ ਬਜੋਲਾ ਬੰਦ ਕਰਤਾ ਹੂੰ ਉਹਦੇ ਚ ਫਿਰ ਇਹੀ ਸੀ ਕਿ ਬੀਜੇਪੀ ਔਰ ਸ਼ਰੂਮ ਨਕਾਲੀ ਦਲ ਜੇ ਰਲਣਗੇ ਹੂੰ ਤੇ ਉਹਦੇ ਨਾਲ ਇਹ ਭਾਈਚਾਰਕ ਇਕਤਾ ਕਾਇਮ ਰਹੇਗੀ ਹੂੰ ਇਸ ਕਰਕੇ ਅਸੀਂ ਕੀਤਾ ਕਿ ਨਹੀਂ ਸਾਡਾ ਦੋਨਾਂ ਦਾ ਗੱਠ ਹੋਣਾ ਜ਼ਰੂਰੀ ਹੈ ਜੇ ਪੰਜਾਬ ਨੂੰ ਸਹੀ ਢੰਗ ਨਾਲ ਚਲਾਉਣਾ ਹੈ ਤੇ ਪੰਜਾਬ ਦੇ ਹਾਲਾਤ ਠੀਕ ਕਰਨੇ ਹੈ ਤਾਂ ਇੱਕੋ ਤਰੀਕਾ ਹੈ ਕਿ ਦੋਨੋਂ ਪਾਰਟੀਆਂ ਇਕੱਠੀਆਂ ਹੋਣ ਹੂੰ ਮੈਂ ਦਮਨ ਜਿਹੜੀ ਗੱਲ ਪ੍ਰਧਾਨ ਮੰਤਰੀ ਹੁਣਾਂ ਨੇ ਕਹੀ ਹੈ ਕਿ ਡਬਲ ਇੰਜਨ ਦੀ ਸਰਕਾਰ ਹੋਣੀ ਚਾਹੀਦੀ ਹੈ ਤਾਂ ਹੀ ਕੰਮ ਹੋ ਪਾਏਗਾ। ਇਹ ਡਬਲ ਇੰਜਨ ਦੀ ਸਰਕਾਰ ਨੂੰ ਪਰਿਭਾਸ਼ਿਤ ਕਿਵੇਂ ਕੀਤਾ ਜਾਏ ਇਹ ਇਨਡਾਇਰੈਕਟ ਥ੍ਰੈਟ ਵਰਗਾ ਲੱਗਦਾ ਕਿ ਜੇ ਤੇ ਸਾਡੀ ਭਾਈਵਾਲ ਸਰਕਾਰ ਬਣ ਜੇਗੀ, ਸਾਡੀ ਸਹਿਯੋਗੀ ਸਰਕਾਰ ਬਣ ਜੇਗੀ, ਫਿਰ ਅਸੀਂ ਸਾਰੇ ਦਰਵਾਜ਼ੇ ਖੋਲ੍ਹ ਦੇਾਂਗੇ। ਨਹੀਂ ਤੇ ਦਰਵਾਜ਼ੇ ਬੰਦ ਵੀ ਹੋ ਸਕਦੇ ਆ। ਨਹੀਂ ਦੇਖੋ ਪਟੇ ਸਾਬ ਕੋਈ ਐਸਾ ਰਸਤਾ ਕੋਈ ਦਿਖਦਾ ਜਿਹਦੇ ਨਾਲ ਪੰਜਾਬ ਦੀ ਤਰੱਕੀ ਜਿਹੜੀ ਹੈ ਉਹ ਸੈਂਟਰ ਤੋਂ ਬਿਨਾ ਹੋ ਜੇ। ਹੂੰ। ਐਸਾ ਮੈਨੂੰ ਤਾਂ ਕੋਈ ਦਿਖ ਨਹੀਂ ਰਿਹਾ ਰਸਤਾ ਹੂੰ ਠੀਕ ਹੈ ਵੈਸੇ ਤਾਂ ਕਿਸੇ ਦੀ ਸਰਕਾਰ ਮੈਨੂੰ ਲੱਗਦਾ ਨਹੀਂ ਬਣੇਗੀ ਪਰ ਪੰਜਾਬੀ ਜੋਰ ਲਾ ਲੈਣ ਬਣਾ ਵੀ ਲੈਣ ਜੇ ਕੁਝ ਕਾਡਰ ਬਣਾ ਵੀ ਲਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਕੋ ਪੰਜਾਬ ਦਾ ਹੱਲ ਹੋ ਪਾਏਗਾ ਜਿਸ ਪੰਜਾਬ ਅੱਜ ਜਿਸ ਕਰਜ਼ੇ ਦੀ ਦਲਦਲ ਦੇ ਵਿੱਚ ਹੈ ਉੱਥੋਂ ਉਹਨੂੰ ਕੱਢਣ ਵਾਸਤੇ ਸੈਂਟਰ ਦੀ ਪਾਈਵਾਲੀ ਸੈਂਟਰ ਦਾ ਸਾਨੂੰ ਹੱਥ ਮਿਲਾਉਣਾ ਹੀ ਪੈਗਾ ਨਹੀਂ ਪੰਜਾਬ ਦਾ ਨੌਜਵਾਨਾਂ ਦੀ ਰੋਜ਼ਗਾਰ ਗਰੀਬ ਜਿਹੜੇ ਪਰਿਵਾਰ ਨੇ ਸਾਡੇ ਉਹਨਾਂ ਦੀਆਂ ਸਕੀਮਾਂ 인ਫਰਾਸਟ੍ਰਕਚਰ ਡਿਵੈਲਪਮੈਂਟ ਹੈਲਥ ਸਿਸਟਮ ਦੀ ਡਿਵੈਲਪਮੈਂਟ ਸਕੂਲ ਨਹੀਂ ਹੈਗੇ ਸਾਡੇ ਕੋਲੇ ਸਾ ਅਸੀਂ ਹੱਲ ਕੀ ਹੈ ਸਾਡੇ ਕੋਲੇ ਕੋਈ ਹੱਲ ਹੀ ਨਹੀਂ ਅਸੀਂ ਪਿਛਲੀ ਸਰਕਾਰ ਵੀ ਦੇਖ ਲਈ ਕਰਕਰ ਨੌਕਰੀ ਦਾ ਵਾਅਦਾ ਕੀਤਾ ਸੀ ਕਿਉਂ ਨਹੀਂ ਦੇ ਪਾਏ ਕਿਉਂਕਿ ਤਨਖਾਹਾਂ ਦੇਣ ਨੂੰ ਹੀ ਪੈਸੇ ਹੈ ਨਹੀਂ 6-6 ਮਹੀਨੇ ਦਾ ਤਨਖਾਹ ਨਹੀਂ ਮਿਲਦੀਆਂ ਰਹੀਆਂ ਤੇ ਫਿਰ ਹੱਲ ਕੀ ਹੈ ਹੱਲ ਤਾਂ ਇੱਕੋ ਹੀ ਹੈ ਪਰ ਤੇਜਿੰਦਰ ਜੀ ਜਦੋਂ ਪ੍ਰਧਾਨ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਫੈਡਰਲਿਜ਼ਮ 'ਚ ਬਹੁਤ ਯਕੀਨ ਰੱਖਦੇ ਹਾਂ ਤੇ ਫੈਡਰਲਿਜ਼ਮ ਦਾ ਸਿਧਾਂਤ ਤੇ ਫਿਰ ਇਹੀ ਹੈ ਨਾ ਸੂਬੇ ਨੂੰ ਵੱਧ ਅਧਿਕਾਰ ਦਿਓ ਇਹ ਜ਼ਰੂਰੀ ਨਹੀਂ ਹੈ ਕਿ ਡਬਲ ਇੰਜਨ ਹੀ ਹੋਣਾ ਚਾਹੀਦਾ ਫੈਡਰਲਿਜ਼ਮ ਤੇ ਡਬਲ ਇੰਜਨ ਤੋਂ ਬਿਨਾ ਵੀ ਹੈ ਨਹੀਂ ਅਸਲ ਚੀਜ਼ ਇਹ ਹੈ ਜੇ ਕੇਂਦਰ ਤੇ ਸੂਬਾ ਇੱਕ ਮਤ ਹੋਣ ਤਾਂ ਉਹਦੇ ਫਾਇਦੇ ਬੜੇ ਆਏ ਜਿਵੇਂ ਪੰਜਾਬ ਬਾਰਡਰ ਸਟੇਟ ਹੈ ਤੇ ਸਕਿਉਰਿਟੀ ਥ्रेट ਬੜੀ ਹੈ ਪਾਕਿਸਤਾਨ ਤੋਂ ਜੇ ਸੈਂਟਰ ਤੇ ਸਰਕਾਰ ਦਾ ਇੱਕ ਮਤ ਹੋਵੇ ਤਾਂ ਜਿਹੜੀ ਐਕਸਚੇਂਜ ਆਫ ਇਨਫੋਰਮੇਸ਼ਨ ਹੈ ਸੈਂਟਰ ਤੋਂ ਤੇ ਪੰਜਾਬ ਪੰਜਾਬ ਨੂੰ ਉਹਦੇ ਨਾਲ ਬਹੁਤ ਸਾਰੇ ਜਿਹੜਾ ਖਤਰਾ ਜੋ ਜਿਹੜੇ ਹੁਣ ਹਥਿਆਰ ਪਾਕਿਸਤਾਨ ਤੋਂ ਆ ਰਹੇ ਆ ਤੇ ਟੈਰਰਿਸਟ ਆ ਰਹੇ ਆ ਜੇ ਐਨਕ ਦੇ ਥੋਂ ਆ ਰਹੇ ਆ ਦੂਜੇ ਬਾਰਡਰਸ ਦੇ ਥੋਂ ਆ ਰਹੇ ਆ ਉਹ ਜੇ ਸਟੇਟ ਗਵਰਨਮੈਂਟ ਨੂੰ ਪ੍ਰੋਪਰ ਫੀਡਬੈਕ ਹੋਪੇ ਤਾਂ ਉਹ ਸਾਰੇ ਚੀਜ਼ਾਂ ਨੂੰ ਆਰਾਮ ਨਾਲ ਰੋਕਿਆ ਜਾ ਸਕਦਾ ਨਹੀਂ ਤਾਂ ਬਹੁਤ ਵੱਡਾ ਖਤਰਾ ਸਟੇਟ ਨੂੰ ਕਿਉਂਕਿ ਇਹ ਜ਼ਰੂਰੀ ਨਹੀਂ ਹੈ ਡਬਲ ਇੰਜਨ ਦੀਆਂ ਸਰਕਾਰਾਂ ਤੇ ਪਹਿਲੇ ਵੀ ਰਹੀਆਂ ਨੇ ਲਗਭਗ 40-50 ਸਾਲ ਜੇ ਕਾਂਗਰਸ ਨੇ ਰਾਜ ਕੀਤਾ ਤੇ ਡਬਲ ਇੰਜਨ ਦੀਆਂ ਸਰਕਾਰਾਂ ਤੇ ਰਹੀਆਂ ਨੇ ਬਹੁਤ ਸਾਰੇ ਉਹਦੇ ਵਿੱਚ ਐਸਾ ਤਾਂ ਕੋ ਵੱਡਾ ਮਾਰਕਾ ਮਾਰਿਆ ਨਹੀਂ ਗਿਆ ਬੀ ਡਬਲ ਇੰਜਨ ਦੀ ਸਰਕਾਰ ਆ ਤੇ ਬਹੁਤ ਸੂਬੇ ਡਵੈਲਪ ਹੋ ਗਏ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਵੱਧ ਰਾਜ ਕੀਤਾ ਔਰ ਵਿਰੋਧ ਦੇ ਵਿੱਚ ਸਰਕਾਰ ਕੇਂਦਰ ਦੇ ਵਿੱਚ ਸਰਕਾਰ ਹੋ ਰਹੀ ਆ ਕਾਂਗਰਸ ਨੇ ਰੂਲ ਕੀਤਾ ਜਿਆਦਾ ਸਮਾਂ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਰੂਲ ਕੀਤਾ ਫਿਰ ਅਕਾਲੀ ਦਲ ਆਪਣੀ ਅਚੀਵਮੈਂਟ ਨੂੰ ਕਿਵੇਂ ਦੱਸ ਜਿੰਦਾ ਵੀ ਅਸੀਂ ਦੇ ਚੰਗਾ ਰਾਜ ਕੀਤਾ ਉਦੋਂ ਵੀ ਜੇ ਡਬਲ ਇੰਜਨ ਹੀ ਹੁੰਦਾ ਤੇ ਤਾਂ ਹੀ ਠੀਕ ਸੀਗਾ ਨਹੀਂ ਡਬਲ ਇੰਜਨ ਦੀ ਗੱਲ ਇਹ ਇਹ ਵੀ ਹੈ ਨਾ ਇਹ ਕਿਉਂਕਿ ਇਹ ਕਨਸੈਪਟ ਆਪਣੇ ਆਪ ਦੇ ਵਿੱਚ ਬਹੁਤ ਕੌਂਟਰੈਡਿਕਟਰੀ ਹੈ ਨਹੀਂ ਦੇਖੋ ਫਲੋਰ ਸਾਹਿਬ ਨੇ ਵੀ ਕਿਹਾ ਹੈ ਟਰੰਸਾ ਸਾਹਿਬ ਨੇ ਵੀ ਕਿਹਾ ਹੈ ਕਿ ਪੰਜਾਬ ਦੇ ਉੱਤੇ ਕਰਜ਼ਾ ਬਹੁਤ ਵੱਡਾ ਹੈ ਬਹੁਤ ਜ਼ਿਆਦਾ ਹੈਗਾ ਤੇ ਉਹ ਵੀ ਸਟੇਟ ਗਵਰਨਮੈਂਟ ਦੀ ਨਲਾਕੀ ਕਰਕੇ ਇੰਨਾ ਜ਼ਰਾ ਕਰਜ਼ਾ ਹੋ ਗਿਆ ਹੈਗਾ ਤੇ ਉਹ ਜਿੰਨੀ ਦੇ ਤੱਕ ਸੈਂਟਰ ਨਾਲ ਸਾਡਾ ਨਹੀਂ ਠੀਕ ਹੋਊਗਾ ਤੋਂ ਅਸੀਂ ਪ੍ਰੋਪਰ ਸਕੀਮਜ਼ ਉੱਥੋਂ ਲੈ ਕੇ ਆਈਏ ਜਿਵੇਂ ਇਹ ਪ੍ਰਕਿਊਰਮੈਂਟ ਦੀ ਗੱਲ ਹੀ ਹੈ ਹੁਣ ਪ੍ਰਕਿਊਰਮੈਂਟ ਦਾ ਕਈ ਹਜ਼ਾਰ ਕਰੋੜ ਰੁਪਈਆ ਸਾਡਾ ਬਕਾਇਆ ਪਿਆ ਹੈ ਜੇ ਆਪਸ ਵਿੱਚ ਠੀਕ ਹੈ ਤਾਂ ਉਹ ਪੈਸੇ ਸਾਨੂੰ ਜਲਦੀ ਮਿਲ ਸਕਦੇ ਆ ਸਾਡਾ ਵਿਆਜ ਵੱਧ ਸਕਦਾ ਜਦੋਂ ਪ੍ਰਕਿਊਰਮੈਂਟ ਦੀ ਲਿਮਟ ਉਹ ਟਾਈਮਸ ਬੰਦ ਰਹੀ ਹੈ ਹੁਣ ਕੈਪਟਨ ਸਾਹਿਬ ਤੇ ਉਹਨਾਂ ਨੇ ਇਲਜ਼ਾਮ ਪੰਕਾ ਗਾਂਧੀ ਜੀ ਨੇ ਹੀ ਲਾਇਆ ਨਾ ਕਿ ਉਹ ਵੀ ਭਾਜਪਾ ਨਾਲ ਹਲਕੇ ਚੱਲ ਰਹੀ ਸੀ ਗੌਰਮੈਂਟ ਕਾਂਗਰਸੀ ਦੀ ਸੀ ਵੀ ਉਹਨਾਂ ਨੂੰ ਹਟਾਉਣ ਦਾ ਕਾਰਨ ਇਹ ਸੀ ਪਰ ਦੂਜੇ ਪਾਸੇ ਜੇ ਸਟੇਟ ਨੂੰ ਚਲਾਉਣਾ ਹੈ ਤਾਂ ਬਹੁਤ ਮਸਲੇ ਆ ਪੰਜਾਬ ਖੇਤੀਬੜਨ ਸੂਬਾ ਪਰ ਗਵਰਨਮੈਂਟ ਦਾ ਮਸਲਾ ਹੀ ਆ ਜੇ ਸੈਂਟਰ ਨਾਲ سپورਟ ਕਰੇ ਪਰ ਗਵਰਨਮੈਂਟ ਨਹੀਂ ਹੁੰਦੀ ਨਾ ਐਮਐਸਪੀ ਮਿਲੇ ਨਾ ਜੁੜੀ ਕੈਡਿਡਟ ਲਿਮਟ ਉਹ ਬਣੇ ਤੇ ਐ ਸਿਕਿਉਰਿਟੀ ਥ੍ਰੈਟ ਆ ਜੇ ਉਹ ਟਿਫਨ ਬੰਬ ਕਿੱਨੇ ਮਿਲੇ ਆ ਕਿੰਨਾ ਅਸਲਾ ਮਿਲਿਆ ਨਾਰਕੋਟਿਕਸ ਦੀ ਸਮਗਲਿੰਗ ਕਿਵੇਂ ਬਾਰਡਰ ਤੋਂ ਉਥੋਂ ਹੋ ਰਹੀ ਆ ਇਹ ਜਿਹੜੀ ਚੀਜ਼ਾਂ ਆ ਜੇ ਸੈਂਟਰ ਨਾਲ ਹੋਊਗਾ ਪ੍ਰੋਪਰ ਫੀਡਬੈਕ ਹੋਊਗੀ ਮਤਲਬ ਸਟੇਟ ਗਵਰਨਮੈਂਟ ਕਈ ਵੀ ਓਨ ਨਹੀਂ ਕਰਨਾ ਚਾਹੁੰਦੇ ਵੀ ਇਹ ਸੈਂਟਰ ਸਾਡੀ ਸਪੋਰਟ ਕਰ ਰਿਹਾ ਹੈ ਇਹ ਕ੍ਰੈਡਿਟ ਉਹ ਨਾ ਮਿਲ ਜੇ ਹੂੰ ਤਾਂ ਇਸੇ ਤਰ੍ਹਾਂ ਉਸ ਸੰਦਰਭ ਚ ਮੋਦੀ ਜੀ ਨੇ ਕਿਹਾ ਵੀ ਡਬਲ ਇੰਜਨ ਸਰਕਾਰ ਵੀ ਜੇ ਸੈਂਟਰ ਦੀ ਸਰਕਾਰ ਤੇ ਸਟੇਟ ਗਵਰਨਮੈਂਟ ਸਰਕਾਰ ਇੱਕੋ ਹੋਵੇ ਤਾਂ ਫਿਰ ਵੀ ਜਿਹੜੀ ਕੋਈ ਅਚੀਵਮੈਂਟਸ ਹੈ ਉਹਦਾ ਕੋਈ ਕ੍ਰੈਡਿਟ ਦੁਬਾਰੇ ਰੋਲਾ ਨਹੀਂ ਹੁੰਦਾ ਵੀ ਇਹ ਕੰਮ ਸੈਂਟਰ ਨੇ ਕੀਤਾ ਕਿ ਤੱਕ ਸਟੇਟ ਨੇ ਕੀਤਾ ਰਲ ਕੇ ਕੀਤਾ ਸਾਰੇ ਹੂੰ ਇਹ ਦਮਨ ਕੁਝ ਕਹਿਣਾ ਚਾਹ ਰਿਹਾ ਜੀ ਕੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਤੁਸੀਂ ਆ ਗੱਲ ਜਿਹੜੀ ਕੀਤੀ ਨਾ ਡਬਲ ਇੰਜਨ ਵਾਲੀ ਜਿਹੜਾ ਪਿੱਛੇ ਡਬਲ ਇੰਜਨ ਦੀ ਸਰਕਾਰ ਜਿਵੇਂ ਤੁਸੀਂ ਆਖਿਆ ਵੀ ਸ਼ੁਰੂ ਹੋਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਡਬਲ ਇੰਜਨ ਦੀ ਉਹਦੇ ਚ ਜਿਹੜਾ ਮੈਂ ਜੋ ਦੇਖਦਾ ਹੈ ਨਾ ਜੀ ਉਹ ਬਾਦਲ ਕੰਪਨੀ ਸੀ ਉਹਦੇ ਸੀਈਓ ਸੀਗੇ ਉਹ ਸੀਈਓ ਐਸਾ ਇੰਜਨ ਸੀ ਜਿਹੜਾ ਕੋਲਾ ਵੀ ਜ਼ਿਆਦਾ ਖਾਂਦਾ ਸੀ ਤੇ ਧੂਆਂ ਵੀ ਜ਼ਿਆਦਾ ਮਾਰਦਾ ਸੀ ਤੇ ਸਪੀਡ ਵੀ ਬੜੀ ਸਲੋ ਸੀ ਸੋ ਐਸਾ ਇੰਜਨ ਸੀ ਲਾਇਆ ਹੋਇਆ ਸੀ ਜਿਹੜਾ ਸਾਰੀ ਆਈਡੀਓਲੋਜੀ ਤੋਂ ਪਿੱਛੇ ਹਟ ਗਿਆ ਸੀ ਪੰਜਾਬ ਦੇ ਮਸਲੇ ਛੱਡ ਦਿੱਤੇ ਸਨ ਸਾਰੇ ਪੰਜਾਬ ਦੇ ਪੰਥਕ ਮਸਲੇ ਇੱਕ ਪਾਸੇ ਛੱਡ ਦਿੱਤੇ ਸਨ ਸਾਰਾ ਕੁਝ ਇੱਕ ਪਾਸੇ ਛੱਡ ਕੇ ਆਪਦੇ ਹੋਟਲ ਆਵਨੀਆਂ ਬੱਸਾਂ ਖਾ ਖਾ ਕੇ ਤੇ ਬਹੁਤ ਔਲੋ ਸਪੀਡ ਤੇ ਚੱਲਦਾ ਸੀ ਤੇ ਕੋਲਾ ਇੰਨਾ ਖਾਂਦਾ ਸੀ ਵੀ ਢਿੱਡੀ ਮੋਟਾ ਹੋਈ ਜਾਂਦਾ ਸੀ ਤੇ ਮੂੰਹ ਤੇ ਪੰਜਾਬ ਪੰਜਾਬੀਆਂ ਦੇ ਮੂੰਹ ਤੇ ਕਾਲਾ ਧੂਆਂ ਮਾਰਦਾ ਸੀ ਸੋ ਐਸਾ ਇੰਜਨ ਫਿਰ ਹੁਣ ਹਟਾਉਣਾ ਪੈਣਾ ਸੀ ਹੁਣ ਜਿਹੜਾ ਆ ਅਸਲੀ ਆਈਡੀਓਲੋਜੀ ਵਾਲਾ ਅਕਾਲੀ ਦਲ ਜਿਹੜਾ ਪੰਥਕ ਅਕਾਲੀ ਦਲ ਸਿਧਾਂਤਾਂ ਵਾਲਾ ਅਕਾਲੀ ਦਲ ਉਸ ਅਕਾਲੀ ਦਲ ਨਾਲ ਜਾ ਕੇ ਜਿਹੜਾ ਡਬਲ ਇੰਜਨ ਦੀ ਸਰਕਾਰ ਬਣੇਗੀ ਜਿਹੜੀ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦੇਗੀ ਪਹਿਲਾਂ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਦੇ ਹੱਕਾਂ ਵਾਸਤੇ ਹਿੱਤਾਂ ਵਾਸਤੇ ਬਹੁਤ ਮੋਰਚੇ ਲਾਉਂਦਾ ਰਿਹਾ ਹੂੰ ਪੰਜਾਬ ਦੇ ਹਿੱਤਾਂ ਵਾਸਤੇ ਕੁਰਬਾਨੀਆਂ ਕਰਨ ਵਾਲੀ ਪਾਰਟੀ ਹੈ ਪੰਜਾਬ ਦੀ ਮਾਂ ਪਾਰਟੀ ਹੈ ਪਰ ਇਹਨਾਂ ਨੇ ਉਹਨੂੰ ਕੰਪਨੀ ਬਣਾ ਲਿਆ ਇੱਕ ਕਾਰਪੋਰੇਟ ਹਾਊਸ ਬਣਾ ਲਿਆ ਤੇ ਉਸ ਇੰਜਣ ਨੂੰ ਅਸੀਂ ਹੁਣ ਕੋਲੇ ਵਾਲੇ ਇੰਜਣ ਨੂੰ ਪਰਾਂ ਹਟਾ ਕੇ ਜੜਕ ਤੇ ਹੁਣ ਵਧੀਆ ਜਿਹੜਾ ਆ ਅਸੀਂ ਇਹ ਸਿਧਾਂਤਾਂ ਵਾਲਾ ਅਕਾਲੀ ਦਲ ਦਾ ਜਿਹੜਾ ਹੈ ਇਹ ਗਠਜੰਬੰਦਨ ਇਸੇ ਲਈ ਕੀਤਾ ਤੇ ਉਸ ਇੰਜਣ ਨਾਲ ਸੈਂਟਰ ਦਾ ਵੀ ਵਧੀਆ ਇੰਜਣ ਤੇ ਸਾਡਾ ਵੀ ਵਧੀਆ ਇੰਜਣ ਤੇ ਪੰਜਾਬ ਖੁਦ ਬਖੋਦ ਤਰੱਕੀ ਕਰੇ ਮਾਫੀਆ ਇਸ ਸਾਰੇ ਡਿਸਕੋਰਸ ਦੇ ਵਿੱਚ ਇੱਕ ਸੈਂਟਰ ਦੇ ਵਿੱਚ ਹੈਗਾ ਕਿ ਮਾਫੀਆ ਸਾਰੀਆਂ ਪਾਰਟੀਆਂ ਕਹਿ ਰਹੀਆਂ ਸੀ ਮਾਫੀਆ ਖਤਮ ਕਰਨਾ ਪਰ ਦੇਖਿਆ ਜਾਏ ਤੇ ਸਾਰੀਆਂ ਪਾਰਟੀਆਂ ਤੇ ਉਸ ਮਾਫੀਆ ਨੂੰ ਵਧਾਉਣ ਦੇ ਇਲਜ਼ਾਮ ਹੈਗੇ ਨੇ ਮਾਫੀਆ ਚਰਨਜੀਤ ਚੰਨੀ ਦੇ ਉੱਤੇ ਅੱਜ ਇਲਜ਼ਾਮ ਲੱਗਦੇ ਨੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਭਾਜਪਾ ਦੇ ਖੇਮੇ ਦੇ ਵਿੱਚ ਬੈਠੇ ਆ ਉਹ 4.5 ਸਾਲ ਰਾਜ ਕਰਕੇ ਗਏ ਨੇ ਮਾਫੀਆ ਅਖੀਰਲੇ 3 ਮਹੀਨਿਆਂ 'ਚ ਤੇ ਪੈਦਾ ਹੋ ਨਹੀਂ ਗਿਆ ਕੈਪਟਨ ਅਮਰਿੰਦਰ ਸਿੰਘ ਨੇ ਜਿੰਨੀ ਦੇਰ ਰਾਜ ਕੀਤਾ ਉਹ ਇਹ ਕਹਿ ਕੇ ਆਏ ਸੀ ਕਿ ਜਿਹੜਾ ਅਕਾਲੀ ਭਾਜਪਾ ਨੇ ਮਾਫੀਆ ਖੜਾ ਕੀਤਾ ਸੀ ਉਹਨੂੰ ਖਤਮ ਕਰਨਾ ਤੇ ਹੁਣ ਮਾਫੀਆ ਦੇ ਉੱਤੇ ਅਸ਼ੀਰਵਾਦ ਸਰਪ੍ਰਸਤੀ ਤੇ ਸਾਰਿਆਂ ਦੀ ਹੈਗੀ ਆ ਤਰੇਸ ਦੇ ਵਿੱਚੋਂ ਕੋਈ ਚੂਸ ਕਿਵੇਂ ਕਰੇਗਾ ਵੀ ਇਹਨੇ ਮਾਫੀਆ ਖੁਦ ਸ਼ੁਰੂ ਕੀਤਾ ਇਹਨੇ ਨਹੀਂ ਕੀਤਾ ਦੇਖੋ ਇਹ ਇਲਜ਼ਾਮ ਅਕਾਲੀ ਦਲ ਤੋਂ ਸ਼ੁਰੂ ਹੁੰਦੇ ਨੇ ਤੁਸੀਂ ਜਵਾਬ ਵੀ ਉੱਥੋਂ ਦਿਓ ਪਟਿਆਲਾ ਸਾਹਿਬ ਦੋਨੇ ਦੋਨੇ ਜਿਹੜੇ ਹੈ ਕਾਂਗਰਸ ਵੀ ਤੇ ਬਾਦਲ ਕੰਪਨੀ ਵੀ ਮਾਫੀਆ ਦੇ ਨਾਂ ਤੇ ਦੋਨੇ ਰਲੇ ਹੋਏ ਆ ਹੂੰ ਦੋਨਾਂ ਨੇ ਪੰਜਾਬ ਨੂੰ ਖਾ ਲਿਆ ਕਾਂਗਰਸ ਤੇ ਬਾਦਲ ਕੰਪਨੀ ਠੀਕ ਹੈ ਜਿਹੜਾ ਜਿਹੜਾ ਪੰਜਾਬ ਦਾ ਪੈਸਾ ਪੰਜਾਬ ਦੇ ਖਜ਼ਾਨੇ ਚ ਆਉਣਾ ਚਾਹੀਦਾ ਸੀ ਉਹ ਨਿੱਜੀ ਜੇਬਾਂ ਚ ਚਲਾ ਗਿਆ ਹੂੰ ਤੇ ਮੈਂ ਮੈਂ ਆਪਣੇ ਹਲਕੇ ਦੀ ਗੱਲ ਹੀ ਦੱਸਦਾ ਹਾਂ ਤੁਸੀਂ ਇਹ ਚੀਜ਼ ਐਡ ਕਰਕੇ ਦੱਸੋ ਵਿੱਚ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੂਜੀ ਧਿਰ 'ਚ ਬੈਠੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਇਹ ਹੈਗਾ ਕਿ ਇਹਨਾਂ ਨੂੰ ਮਾਫੀਆ ਦਾ ਪਤਾ ਸੀ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਇਹ ਐਡ ਕਰਕੇ ਦੱਸੋ ਮੇਰੀ ਮੈਂ ਛੋਟੀ ਜੀ ਗੱਲ ਉਸ ਤੋਂ ਪਹਿਲਾਂ ਆਪਣੇ ਹਲਕੇ ਵਾਲੀ ਦੱਸਣ ਲੱਗਾ ਵੀ ਅਸੀਂ ਬਹੁਤ ਚਿਰ 1970 ਤੋਂ ਲੈ ਕੇ ਫਲੋਰ ਹਲਕੇ ਦੀ ਸੇਵਾ ਕਰਦੇ ਆ ਰਹੇ ਹਾਂ ਤੇ ਸਭ ਤੋਂ ਜ਼ਿਆਦਾ ਜਿਹੜੀ ਡਿਵੈਲਪਮੈਂਟ ਸੌਰੀ ਦੁਆਬੇ ਦੇ ਵਿੱਚ ਰੇਤ ਵਿਕਦੀ ਹੈ ਸਭ ਤੋਂ ਜ਼ਿਆਦਾ ਫਲੋਰ ਤੋਂ ਨਿਕਲਦੀ ਹੈ ਤੇ ਮੇਰੇ ਫਾਦਰ ਸਾਹਿਬ ਸਰਵਨ ਸਿੰਘ ਫਲੋਰ ਹਤੀਂਸਾ ਸਾਹਿਬ ਦੇ ਨਾਲ ਬਹੁਤ ਇਕੱਠੇ ਵੀ ਰਹੇ ਆ ਤੇ ਅਸੀਂ ਕਦੇ ਇਦਾਂ ਦਾ ਇਸ਼ੂ ਨਹੀਂ ਸੀ ਮਾਈਂਡ ਚ ਰੱਖਿਆ ਵੀ ਅਸੀਂ ਉੱਥੋਂ ਰੇਤਾ ਵੇਚ ਕੇ ਕਮਾਈ ਕਰਕੇ ਕੋਈ ਆਪਣੇ ਆਪ ਨੂੰ ਵੱਡਾ ਕਰ ਲੈਣਾ ਆਪਣੇ ਘਰ ਭਰ ਲੈਣੇ 2007 ਦੇ ਵਿੱਚ ਪਹਿਲੀ ਯਾਰੀ ਜਿਹੜੇ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਹੈ ਉਹ ਐਮਐਲਏ ਬਣਦੇ ਆ ਤੇ ਪਹਿਲੀ ਯਾਰੀ ਉੱਥੇ ਆ ਕੇ ਗੱਲ ਕਰਦੇ ਆ ਵੀ ਹੁਣ ਰੇਤਾ ਅਸੀਂ ਵੇਚਾਂਗੇ ਤੇ ਜਿਹੜੀ ਇਨਵੈਂਸ਼ਨ ਆਫ ਸੈਂਡ ਮਾਈਨਿੰਗ ਹੈ ਉਹ ਉਸ ਵੇਲੇ ਸ਼ੁਰੂ ਹੁੰਦੀ ਹੈ ਜਿੱਥੋਂ ਤੁਸੀਂ ਗੱਲ ਕੀਤੀ ਸੀ ਤੇ ਉਸੇ ਦੇ ਲਈ ਜਦੋਂ ਅਸੀਂ ਉਹਨਾਂ ਦੇ ਨਹੀਂ ਆਏ ਵੀ ਅਸੀਂ ਉਹਨਾਂ ਨਾਲ ਹੱਥ ਨਹੀਂ ਮਿਲਾਇਆ ਤੇ ਸਾਨੂੰ ਸ਼ਾਇਦ ਹਲਕਾ ਵੀ ਬਦਲ ਸਾਡਾ ਬਦਲਾਅ ਤਾਂ ਜਾਂ ਬਦਲਣਾ ਪੈ ਗਿਆ ਜਾਂ ਕਿਸ ਤਰ੍ਹਾਂ ਕਰਨਾ ਪੈ ਗਿਆ ਇਹ ਬਿਲਕੁਲ ਗੱਲ ਤੁਹਾਡੀ درست ਹੈ ਵੀ ਉਸ ਸਮੇਂ ਤੋਂ ਜਿਹੜੀ ਇਨਵੈਂਸ਼ਨ ਹੋਈ ਹੈ ਉਹਨੇ ਪੰਜਾਬ ਨੂੰ ਜੋਕ ਵਾਂਗੂ ਚੂਸ ਲਿਆ ਤੇ ਜਿਹੜਾ ਅੱਜ ਸਾਡੇ ਉੱਤੇ ਕਰਜ਼ਾ ਹੈ ਨਾ ਜੀ ਹੁਣ ਤਾਂ ਮੈਂ 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 ਸਾਢੇ 3 ਲੱਖ ਕਰੋੜ ਸਮਝਦਾ ਸੀ ਉਹ ਅੱਜ ਕਹਿੰਦੇ 5 ਲੱਖ ਕਰੋੜ ਹੈ ਸੌਫਟ ਲੋਨਸ ਨੇ ਉੱਤੇ ਉਹ 5 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹਦੇ ਵਿੱਚ ਬਹੁਤ ਵੱਡੀ ਦੇਣ ਇਹ ਹੈ ਨਹੀਂ ਤਾਂ ਉਸੇ ਪੈਸੇ ਨਾਲ ਅੱਜ ਜਿਹੜੇ ਗਰੀਬ ਪਰਿਵਾਰ ਆ ਸਾਡੇ ਤਾਂ ਉਹਨਾਂ ਦਾ ਕਰੋੜ ਦਾ ਘਰ ਨਹੀਂ ਹੈਗਾ ਤੇ ਉਹਨਾਂ ਕੋਲੇ ਕਰੋੜ ਕਰੋੜ ਦੀਆਂ ਬੱਸਾਂ ਉਹ ਵੀ ਕਹਿੰਦੇ 4-500 ਹਮ ਠੀਕ ਹੈ 호텔 ਕਿੱਥੋਂ ਬਣ ਗਏ ਟੀਨਸਾ ਸਾਹਿਬ ਜਿਸ ਤਨਾ ਦਮਨ ਹੁਣੀ ਕਹਿ ਰਹੇ ਨੇ ਕਿ ਸ਼ੁਰੂਆਤ ਉੱਥੋਂ ਹੋਈ ਸੀਗੀ ਤੁਸੀਂ ਉਸ ਸਮੇਂ ਪਾਰਟੀ ਦੇ ਸਭ ਤੋਂ ਸੀਨੀਅਰ ਮੋਸਟ ਲੀਡਰ ਕੋਰ ਕਮੇਟੀ ਦੀਆਂ ਮੀਟਿੰਗਸ ਹੁੰਦੀਆਂ ਸੀ ਜਿਸ 'ਚ ਤੁਹਾਡੇ ਕੱਦ ਦੇ ਲੀਡਰ ਬੈਠਦੇ ਸੀਗੇ ਕਿ ਉਹਨਾਂ 'ਤੇ ਚਰਚਾ ਹੁੰਦੀ ਸੀ ਕਿ ਇਹ ਚੀਜ਼ਾਂ ਦੀ ਗੱਲਬਾਤ ਹੋ ਰਹੀ ਹੈ ਕਿ ਅਸੀਂ ਰੇਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਂ ਕਨਫਲਿਕਟ ਆਫ ਇੰਟਰਸਟ ਜਿੰਨੇ ਹੈਗੇ ਆ ਕੀ ਜੋ ਸਾਡੇ ਕੋਲ ਪਾਵਰ ਹੈ ਕੁਝ ਬਿਜ਼ਨਸ ਵੀ ਅਸੀਂ ਉਹ ਤੋਂ ਵਿਧਾਨੇ ਸ਼ੁਰੂ ਕਰ ਦਿੱਤੇ ਉਹਦੇ ਤੇ ਥੋੜਾ ਖੁੱਲ ਕੇ ਚਾਨਣਾ ਪਾਓ ਕਿ ਕੀ ਤੁਹਾਡੇ ਵਰਗੇ ਲੀਡਰ ਉਹਦੇ ਪੱਖ ਚ ਬੋਲਦੇ ਸੀ ਅਗੇਂਸਟ ਬੋਲਦੇ ਸੀ ਕਿਉਂਕਿ ਪਾਰਟੀ ਛੱਡਣ ਤੋਂ ਬਾਅਦ ਤੇ ਤੁਹਾਡੇ ਬਾਰੇ ਵੀ ਇਹ ਕਿਹਾ ਗਿਆ ਕਿ ਅਸੀਂ ਤੇ ਇਹਨਾਂ ਨੂੰ ਬਹੁਤ ਮਾਨ ਦਿੱਤਾ ਅੱਜ ਆਪਣੇ ਨਿੱਜੀ ਹਿੱਤਾਂ ਲਈ ਵਖਰੇ ਹੋਏ ਚਲੋ ਉਹ ਤਾਂ ਕਹਿਣਾ ਹੁੰਦਾ ਹੈ ਲੇਕਿਨ ਸਭ ਨੂੰ ਪਤਾ ਹੈ ਕਿ ਅਸੀਂ ਪਾਰਟੀ ਵਿੱਚ ਬੈਠ ਕੇ ਵੀ ਮੈਂ ਕਿੰਨੀ ਵਾਰੀ ਬਾਦ ਸਾਹਿਬ ਨੂੰ ਕਿਹਾ ਵੀ ਇਹ ਤਾਂ ਇਹ ਜਿਹੜੇ ਰੇਤੇ ਵਾਲੇ ਨੇ ਪੈਸਾ ਬਹੁਤ ਬਣਾ ਰਹੇ ਨੇ ਨੰਬਰ 2 ਇਕੱਲਾ ਇਹ ਹੀ ਨਹੀਂ ਉਹ ਗੁੰਡਾ ਟੈਕਸ ਵੀ ਲੈ ਰਹੇ ਸੀ ਅੱਛਾ ਉਹ ਬਾਲੂ ਸਾਹਿਬ ਨੂੰ ਕਿੰਨੀ ਵਾਰੀ ਕਿਹਾ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਜੀ ਹੂੰ ਜਦੋਂ ਸੁਖਵੀਰ ਨੇ ਪੁੱਛੀਏ ਉਹ ਕਹਿੰਦਾ ਨਹੀਂ ਜੀ ਉਹ ਤਾਂ ਮੈਨੂੰ ਨਹੀਂ ਪਤਾ ਜੀ ਫਲਾਣਾ ਬੰਦਾ ਹੈ ਉਹ ਦੂਜਿਆਂ ਦੇ ਨਾਲ ਲਈ ਜਾਂਦੇ ਸੀ ਤੇ ਲੇਕਿਨ ਕਹਿੰਦੇ ਰਹੇ ਅਸੀਂ ਨਹੀਂ ਮੰਨੇ ਉਹ ਹੂੰ ਅਸੀਂ ਇਹ ਨਹੀਂ ਹੈ ਕਿ ਅਸੀਂ ਚੁੱਪ ਕਰਕੇ ਬੈਠੇ ਅਸੀਂ ਹਮੇਸ਼ਾ ਉਹਦੇ ਵਿੱਚ ਦਖਲ ਦਿੱਤਾ ਕਿ ਇਹ ਗੱਲਾਂ ਰੋਕੋ ਇਹਨੂੰ ਰੋਕੋ ਆਪਣੀ ਬਦਨਾਮੀ ਹੋ ਰਹੀ ਹੈ ਹੂੰ ਕੁਝ ਨਾਮ ਦੱਸ ਸਕਦੇ ਹੋ ਕਿਨੇ ਕਿਹੜੇ ਨਾਮ ਲੈ ਰਹੇ ਲੈਂਦੇ ਰਹੇ ਤੁਸੀਂ ਸਮਝਦੇ ਹੋ ਨਾ ਹੁਣ ਜਿਹੜੇ ਹੁਣ ਨਾਲ ਹੀ ਨੇ ਉਹਦੇ ਉਹੀ ਨਾਮ ਨੇ ਹਮ ਹੁਣ ਵੀ ਉਹਦੇ ਆਲੇ-ਦਾਲੇ ਉਹੀ ਨੇ ਟਿਕਟਾਂ ਵੀ ਉਹਨਾਂ ਨੂੰ ਦਿੱਤੀਆਂ ਨੇ ਹਮ ਤੇ ਜਿਹੜਾ ਡਰੱਗਸ ਦਾ ਇਲਜ਼ਾਮ ਲੱਗਦਾ ਸੀਗਾ ਲੱਗਦਾ ਅੱਜ ਵੀ ਲੱਗਦਾ ਹੈਗਾ ਇੱਕ ਐਫ ਆਈ ਆਰ ਵੀ ਹੋ ਗਈ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਕੀ ਇਹ ਪੋਲੀਟਿਕਲੀ ਮੋਟੀਵੇਟਿਡ ਇਲਜ਼ਾਮ ਹੈਗਾ ਜਾਂ ਇਹਨਾਂ ਦੇ ਵਿੱਚ ਕੁਝ ਸੱਚਾਈ ਪਈ ਹੈ ਕਿਤੇ ਦੇਖੋ ਇਹ ਤਾਂ ਹੁਣ ਕਾਨੂੰਨ ਦੇ ਸਗੇ ਤਾਂ ਅਦਾਲਤ ਚੀ ਚ ਮੈਂ ਮੈਂ ਇੱਕ ਸਪੈਸਿਫਿਕ ਐਫ ਆਈ ਆਰ ਦੀ ਗੱਲ ਨਹੀਂ ਕਰ ਰਹਾ ਮੈਂ ਓਵਰ ਆਲ ਅਕਾਲੀ ਦਲ ਨੂੰ ਲੈ ਕੇ ਜਿਹੜੇ ਇਲਜ਼ਾਮ ਲੱਗੇ ਉਸ ਪਰਸਪੈਕਸ਼ਨ ਦੀ ਗੱਲ ਕਰ ਰਿਹਾ ਦੇਖੋ ਗੱਲ ਇਹ ਹੈ ਕਿ ਅਗਰ ਸਾਡੇ ਰਾਜ ਵਿੱਚ ਹਮ ਇਹਨਾਂ ਜਿਆਦਾ ਹੁੰਦਾ ਰਿਹਾ ਹੈ ਹਮ ਤਾਂ ਇਹਦਾ ਮਤਲਬ ਸਰਕਾਰ ਹੀ ਕਰਾਉਂਦੀ ਰਹੀ ਹਮ ਸਰਕਾਰ ਦਾ ਕੋਈ ਅੰਗ ਹੀ ਕਰਾਉਂਦਾ ਰਿਹਾ ਨਾ ਹਮ ਆਪਣੇ ਆਪ ਤਾਂ ਕੋਈ ਨਹੀਂ ਵੇਚ ਸਕਦਾ ਹਮ ਜੇ ਵੇਚ ਸਕਦਾ ਤਾਂ ਸਰਕਾਰੀ ਸੈਹ ਤੇ ਜਾਂ ਸਰਕਾਰੀ سپورਟ ਵਾਲੀ ਵੇਚ ਸਕਦਾ ਹਮ ਇਸ ਕਰਕੇ ਤਾਂ ਮਤਲਬ ਸਾਨੂੰ ਇਹ ਤਾਂ ਲੈਣਾ ਹੀ ਪਏਗਾ ਨਾ ਕਿ ਸਾਡੀ ਸਰਕਾਰ ਵਲੇ ਹੋਇਆ ਹੂੰ ਕਿਹਨੇ ਕੀਤਾ ਕਿਵੇਂ ਹੋਇਆ ਉਹ ਬਕੜੀ ਗੱਲ ਹੈ ਉਹ ਉਹ ਅਦਾਲਤਾਂ ਫੈਸਲਾ ਕਰਨਗੇ ਇਹ ਇਹ ਆਮ ਤੌਰ ਤੇ ਚਰਚਾ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਇਹ ਗੱਲ ਹੁੰਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਿੱਤਰਾਂ ਦੀ ਸੂਚੀ ਦਿੱਤੀ ਪਾਰਟੀ ਹਾਈ ਕਮਾਂਡ ਨੂੰ ਤੁਸੀਂ ਜਦੋਂ ਕਾਲੀਦਲ ਛੱਡ ਕੇ ਭਾਜਪਾ ਦੇ ਵਿੱਚ ਦੇ ਨਾਲ ਅੱਜ ਗੱਠਜੋੜ ਕਰਦੇ ਹੋ ਤੁਹਾਡੇ ਨਾਲ ਕਿਤੇ ਨਿੱਜੀ ਤੌਰ ਤੇ ਚਰਚਾ ਹੁੰਦੀ ਹੈ ਵੀ ਸਾਨੂੰ ਦੱਸੋ ਕਿਹੜੇ ਨਾਮ ਨੇ ਅਸੀਂ ਕਾਰਵਾਈ ਕਰਾਂਗੇ ਮੇਰੇ ਨਾਲ ਕੋਈ ਨਹੀਂ ਕਦੇ ਕਿਸੇ ਨਾਲ ਗੱਲ ਹੋਈ। ਹਮ। ਨਾ ਅਸੀਂ ਇੰਨੇ ਲੰਮੇ ਚੌੜੀ ਸਾਡੇ ਨਾਲ ਹੋਈ ਐ ਸੀ ਆਪਣੇ। ਉੱਥੇ ਤੱਕ ਸੀਮਤ ਰੱਖਿਆ। ਹਮ। ਅਸੀਂ ਕੋਈ ਇਸ ਨਾਲ ਨਾ ਉਹਨਾਂ ਨੇ ਕਦੇ ਪੁੱਛਿਆ ਨਾ ਅਸੀਂ ਦੱਸਿਆ। ਹਮ। ਚੰਨੀ ਜੀ ਪ੍ਰਧਾਨ ਮੰਤਰੀ ਜਦੋਂ ਦੁਆਬੇ 'ਚੋਂ ਰੈਲੀ ਦੀ ਸ਼ੁਰੂਆਤ ਕਰਦੇ ਨੇ ਬਹੁਤ ਸਾਰੇ ਮੁੱਦਿਆਂ ਨੂੰ ਛੂੰਦੇ ਆ। ਉਸ ਦੇ ਵਿੱਚ ਬੀਜੇਪੀ ਜਿੱਥੇ ਕਿਤੇ ਕੈਂਪੇਨ ਕਰਦੀ ਐ ਉਹਦਾ ਇੱਕ ਜਿਹੜਾ ਧਰਮ ਵਾਲਾ ਕਾਰਡ ਐ ਉਹ ਨਾਲ ਨਾਲ ਚੱਲਦਾ। ਦੇਸ਼ ਭਰ ਦੇ ਵਿੱਚ ਚੱਲਦਾ। ਇੱਥੇ ਆ ਕੇ ਜਦੋਂ ਕਹਿੰਦੇ ਨੇ ਕਿ ਮੈਂ ਦੇਵੀ ਤਲਾਬ ਮੰਦਿਰ ਜਾਣਾ ਚਾਹੁੰਦਾ ਸੀਗਾ ਪਰ ਸਿਕਿਉਰਿਟੀ ਰੀਜ਼ਨ ਕਰਕੇ ਜਾਣ ਹੀ ਪਾਇਆ ਪ੍ਰਸ਼ਾਸਨ ਨੇ ਹੱਥ ਖੜੇ ਕਰ ਦਿੱਤੇ। ਸੰਤ ਰਵਿਦਾਸ ਜੀ ਦੇ ਬਾਰੇ ਕਹਿੰਦੇ ਨੇ ਕਿ ਉੱਥੇ ਅਸੀਂ ਉਹਨਾਂ ਦਾ ਇੱਕ ਸਥਾਨ ਬਣਾ ਰਹੇ ਹਾਂ ਕਿਉਂਕਿ ਜ਼ਾਹਿਰ ਤੌਰ ਤੇ ਜਾਣਦੇ ਨੇ ਕਿ ਦੁਆਬੇ ਦੇ ਵਿੱਚ ਬਹੁਤ ਵੱਸੋ ਹੈਗੀ ਹੈ ਜਿਹੜੀ ਸੰਤ ਰਵਿਦਾਸ ਜੀ ਨੂੰ ਫਾਲੋ ਕਰਦੀ ਹੈ। ਤਾਂ ਲੱਗਦਾ ਕਿ ਇਹ ਵੀ ਇੱਕ ਅ ਵਧੀਆ ਪੈਤੜਾ ਜਾਂ ਅਸੀਂ ਪੈਤੜਾ ਨੂੰ ਮੈਂ ਪੈਤੜਾ ਸ਼ਬਦ ਯੂਜ਼ ਕਰ ਰਹੇ ਹਾਂ। ਇੱਕ ਉਸ ਉਸ ਗੈਪ ਨੂੰ ਭਰ ਸਕਦਾ ਕਿ ਜਿਹੜੀ ਫੇਰੀ ਬਹੁਤ ਲੇਟ ਆਈ ਹੈ ਲੇਟ ਹੋਈ ਹੈ ਪੀਐਮ ਦੀ ਕਿਹਾ ਜਾਂਦਾ ਕਿ ਪੀਐਮ ਦੀ ਵਿਜ਼ਿਟ ਤੋਂ ਬਾਅਦ ਦੌਰੇ ਤੋਂ ਬਾਅਦ ਸਮੀਕਰਨ ਬਦਲਦੇ ਨੇ ਮਾਹੌਲ ਬਣਦਾ ਹੈਗਾ ਉਹ ਜਿਹੜੀ ਗੱਲ ਨਹੀਂ ਬਣ ਪਾ ਰਹੀ ਸੀਗੀ ਉਹ ਇਹਨਾਂ ਚੀਜ਼ਾਂ ਤੋਂ ਕਿਤੇ ਮੋਬਾਈਲਾਈਜ਼ ਹੋਏਗੀ ਨਹੀਂ ਦੇਖੋ ਜਿਹੜੀ ਮੋਬਾਈਲਾਈਜੇਸ਼ਨ ਹੈ ਨਾ ਉਹ ਉਹਨਾਂ ਦਾ ਪੰਜਾਬ ਦੇ ਵਿੱਚ ਆਣਾ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਸਿਰਫ ਹਿੰਦੂ ਭਾਈਚਾਰੇ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਉੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਨਾਮ ਲਿਆ ਉਹਨਾਂ ਨੇ ਬਾਬਾ ਬੰਦਾ বাহাদুর ਜੀ ਦਾ ਨਾਮ ਲਿਆ ਉਹਨਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਵੀ ਨਾਮ ਲਿਆ ਉਹਨਾਂ ਨੇ ਸਾਰੇ ਧਰਮਾਂ ਦੀ ਗੱਲ ਕੀਤੀ ਮਹਾਰਾਜ ਰਣਜੀਤ ਸਿੰਘ ਉਹਨੇ ਮਹਾਰਾਜ ਰਣਜੀਤ ਸਿੰਘ ਦਾ ਨਾਮ ਲਿਆ ਆਪਾਂ ਜੇ ਸਿਰਫ ਇੱਕ ਪੋਰਸ਼ਨ ਦੀ ਗੱਲ ਕਰੀਏ ਉਹਨੂੰ ਤੁਸੀਂ ਪੂਰੇ ਇੱਕ ਪੋਰਸ਼ਨ ਦੀ ਗੱਲ ਨਾ ਕਰੋ ਪੂਰੀ ਗੱਲ ਕਰੋ ਜਿਹੜੀ ਪੂਰੀ ਗੱਲ ਇਹ ਆ ਵੀ ਉਹਨਾਂ ਨੇ ਸਾਰੇ ਧਰਮਾਂ ਦੀ ਗੱਲ ਕੀਤੀ ਆ ਉਹਨਾਂ ਨੇ ਸਿਰਫ ਇੱਕ ਧਰਮ ਦੀ ਗੱਲ ਨਹੀਂ ਕੀਤੀ ਤੁਸੀਂ ਜਿਹੜੀ ਇੱਕ ਧਰਮ ਦੀ ਗੱਲ ਕਰ ਰਹੇ ਹੋ ਮੈਂ ਇਸ ਤੇ ਤੁਹਾਣਾ ਰਾਜੀ ਨਹੀਂ ਆ ਉਹਨਾਂ ਦਾ ਜਿਹੜਾ ਓਵਰਆਲ ਜਿਹੜੀ ਸਪੀਚ ਆ ਤੁਸੀਂ ਉਹਦੇ ਕੰਟੈਂਟਸ ਦੇਖੋ ਉਹਨਾਂ ਦੇ ਸਾਰੇ ਜਿਹੜੇ ਕੰਟੈਂਟਸ ਨੇ ਉਹ ਸਾਰੇ ਪੰਜਾਬ ਦੇ ਬਾਰੇ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਪੰਜਾਬ ਦੇ ਭੁੱਖ ਦੀ ਗੱਲ ਕੀਤੀ ਆ ਉਹਨਾਂ ਨੇ ਪੰਜਾਬ ਦੇ ਬੱਚਿਆਂ ਦੀ ਜਵਾਨੀ ਦੇ ਬਚਾਉਣ ਦੀ ਗੱਲ ਕੀਤੀ ਆ ਉਹਨਾਂ ਨੇ ਇੱਥੋਂ ਤੱਕ ਐਗਜ਼ਾਮਪਲ ਦਿੱਤੀ ਆ ਵੀ ਮੈਂ ਮਾਤਾਵਾ ਪਹਿਲਾਂ ਮੇਰੀਆਂ ਜਿਹੜੀਆਂ ਘਰ ਵਿੱਚ ਬੈਠੀਆਂ ਮੇਰੀ ਸਪੀਚ ਸੁਣ ਰਹੀਆਂ ਨੇ ਉਹ ਇਹ ਦਸਨ ਵੀ ਜੇ ਤੁਹਾਡੇ ਕੋਲ ਕਾਰ ਹੈਗੀ ਆ ਜਮੀਨ ਹੈਗੀ ਖੇਤ ਹੈਗਾ ਖಲ್ಯਾਨ ਹੈਗਾ ਬਿਪਾਰ ਹੈਗਾ ਚੰਗੀ ਇਨਕਮ ਹੈਗੀ ਆ ਤੇ ਜੇ ਤੁਹਾਡਾ ਬੱਚਾ ਡਰਗ ਲੈਣ ਲੱਪਿਆ ਤੇ ਤੁਹਾਨੂੰ ਫਿਰ ਉਹ ਕਿਸ ਚੀਜ਼ ਦੀ ਰਹਿ ਜਾਏਗੀ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਉਹਨਾਂ ਨੇ ਸਿਰਫ ਜਿਹੜੀ ਤੁਸੀਂ ਗੱਲ ਕਹਿੰਦੇ ਦੇਵੀਤਲਾਬ ਮੰਦਿਰ ਕਿਉਂਕਿ ਜਲੰਧਰ ਦੇ ਵਿੱਚ ਇੱਕ ਹਿਸਟੋਰਿਕ ਸਥਾਨ ਆ ਤੇ ਬੜਾ ਉੱਚਾ ਤੇ ਸੁੱਚਾ ਸਥਾਨ ਆ ਉਹਨਾਂ ਨੇ ਉਹਦੀ ਗੱਲ ਕੀਤੀ ਆ ਹੂੰ ਜੇ ਅੰਮ੍ਰਿਤਸਰ ਜਾਣਗੇ ਤਾਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰਨਗੇ ਜੇ ਉਹ ਅੰਮ੍ਰਿਤਸਰ ਜਾਣਗੇ ਸ੍ਰੀ ਦੁਰਗਾ ਮੰਦਿਰ ਦੀ ਵੀ ਗੱਲ ਕਰਨਗੇ ਹੁਣ ਜਲੰਧਰ ਚ ਆਏ ਤੇ ਦੁਰਗਾ ਉਹ ਦੇਵੀਤਰਾ ਮੰਦਿਰ ਦੀ ਗੱਲ ਕਰਨੀ ਜਾਇਜ਼ ਆ ਉਹਨਾਂ ਨੇ ਕੀਤੀ ਉਹ ਕਰਨੀ ਚਾਹੀਦੀ ਸੀਗੀ ਬਾਕੀ ਤੁਸੀਂ ਇਹ ਨਾ ਕੋਈ ਉਹਨਾਂ ਨੇ ਇੱਕ ਧਰਮ ਦੀ ਗੱਲ ਕੀਤੀ ਆ ਉਹਨਾਂ ਨੇ ਸਾਰੇ ਧਰਮਾਂ ਦੀ ਗੱਲ ਕੀਤੀ ਆ ਸਾਰੇ ਪੱਖ ਛੂਏ ਨੇ ਉਹਨਾਂ ਨੇ ਤਾਂ 26 ਦਸੰਬਰ ਨੂੰ ਜਿਹੜਾ ਵੀਰ ਬਾਲ ਦੇ ਵਸ ਮਨਾਣਾ ਉਹਦੀ ਵੀ ਗੱਲ ਕੀਤੀ ਆ ਉੱਥੇ ਉਹਨਾਂ ਨੇ ਸਾਰੇ ਪੱਖ ਨੂੰ ਟੱਚ ਕੀਤਾ ਤੁਸੀਂ ਸਿਰਫ ਇੱਕ ਛੋਟੀ ਪੋਰਸ਼ਨ ਚੋ ਕਰ ਰਹੇ ਆ ਉਹ ਸਾਰਾ ਸਾਰੀ ਸਪੀਚ ਦੇ ਐਨਾਲਿਸਿਸ ਕਰੋ ਤੁਸੀਂ ਠੀਕ ਹੈ ਦੂਜੀ ਗੱਲ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਜਦੋਂ ਜ਼ਿਕਰ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਹੋ ਇਹ ਅਕਾਲੀ ਦਲ ਬਾਦਲ ਹੈ ਹਮ ਸ਼੍ਰੋਮਣੀ ਅਕਾਲੀ ਦਲ ਉਹ ਸੀਗਾ ਜਦੋਂ ਉਹਦੇ ਬੜੇ ਵੱਡੇ ਵੱਡੇ ਸਾਡੀ ਸ਼ਕਤੀਆਂ ਹੁੰਦੀਆਂ ਪ੍ਰਧਾਨ ਹੁੰਦੀਆਂ ਸੀਗਾ ਉਹ ਉਦੋਂ ਸ਼੍ਰੋਮਣੀ ਅਕਾਲੀ ਦਲ ਸੀ ਜਦੋਂ ਤੱਕ ਜਦੋਂ ਸੁਖਬੀਰ ਸਿੰਘ ਬਾਦਲ ਆਏ ਨੇ ਉਸ ਤੋਂ ਬਾਅਦ ਉਹ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਕਦੀ ਵੀ ਕਿਸੇ ਪ੍ਰਧਾਨ ਦਾ ਸੁਪੁੱਤਰ ਮੈਂ ਸੁਪੁੱਤਰ ਹੀ ਕਹਾਂਗਾ ਮੈਂ ਕਿਉਂਕਿ ਮੜੇ ਲਾਫੇ ਮੜੇ ਨਹੀਂ ਯੂਜ਼ ਕਰ ਸਕਦਾ ਕਿਸੇ ਦਾ ਵੀ ਸੁਪੁੱਤਰ ਅੱਜ ਤੱਕ ਪ੍ਰਧਾਨ ਨਹੀਂ ਸੀ ਬਣਿਆ ਇਹ ਪਹਿਲੀ ਵਾਰ ਹੀ ਹੋਇਆ ਜਦੋਂ ਇੱਕ ਅਕਾਲੀ ਦਲ ਦੇ ਪ੍ਰਧਾਨ ਦਾ ਪੁੱਤਰ ਪ੍ਰਧਾਨ ਬਣ ਗਿਆ ਉਸ ਤੋਂ ਬਾਅਦ ਉਹਨੂੰ ਉਹਦੀ ਜਿਹੜੀ ਹੈ ਕਾਰਪੋਰੇਟ ਕਾਰਪੋਰੇਟ ਉਹਨੂੰ ਜਿਹੜਾ ਕਨਸੈਪਟ ਜਿਹਦਾ ਫਲੋਰ ਸਾਹਿਬ ਨੇ ਗੱਲ ਕੀਤੀ ਆ ਉਹਨੂੰ ਕਾਰਪੋਰੇਟ ਕਲਚਰ ਦੇਣ ਦੀ ਕੋਸ਼ਿਸ਼ ਕੀਤੀ ਗਈ ਉਹ ਉਸ ਤੋਂ ਬਾਅਦ ਅਕਾਲੀ ਦਲ ਨੂੰ ਉਹਨਾਂ ਨੇ ਉਹ ਮੋਡਰੇਟ ਸ਼ਬਦ ਯੂਜ਼ ਕਰਦੇ ਵੀ ਮੋਡਰੇਟ ਹੋਗੇ ਨਾਟ ਮੋਡਰੇਟ ਉਹ ਪਰਸਨਲਾਈਜ਼ ਹੂੰ ਉਹਦੇ ਜੋ ਸੈਲਫਿਸ਼ਡੈਸ ਆਂਦੀ ਆ ਉਹਦੇ ਵਿੱਚ ਜਦੋਂ ਕਾਰਪੋਰੇਟ ਕਹਿੰਦੇ ਨੇ ਉਹ ਵਰਕਰ ਦੀ ਇਨਸਲਟ ਕਰਦੇ ਨੇ ਹੂੰ ਉਹ ਕਹਿੰਦੇ ਨੇ ਉਹ ਵਰਕਰ ਜਿਹੜਾ ਹੁੰਦਾ ਨਹੀਂ ਉਹ ਉਹ ਕਈ ਵਾਰੀ ਮੋਡਰੇਟ ਸ਼ਬਦ ਯੂਜ਼ ਕਰਦੇ ਨਹੀਂ ਮੈਂ ਮੈਂ ਤੁਹਾਨੂੰ ਕਲੈਰੀਫਾਈ ਕਰ ਦਿਆ ਜਦੋਂ ਕਾਰਪੋਰੇਟ ਲਫ਼ਜ਼ ਯੂਜ਼ ਕਰਦੇ ਨਾ ਉਹ ਵਰਕਰ ਦੀ ਇਨਸਲਟ ਕਰਦੇ ਨੇ ਹੂੰ ਉਹ ਫਿਰ ਸੋਚਦੇ ਨੇ ਵੀ ਇਹ ਤਨਖਾਹ ਲੈਣ ਵਾਲਾ ਮੇਰਾ ਵਰਕਰ ਆ ਹੂੰ ਉਹ ਕਾਰਪੋਰੇਟ ਦਾ ਮਤਲਬ ਹੈ ਵੀ ਜਿਹੜੇ EMPLOYEE ਨੇ ਤਨਖਾਹ ਲੈਂਦੇ ਨੇ ਹੂੰ ਪਾਰਟੀ ਦਾ ਮਤਲਬ ਹੈ ਉਹ ਮਤਲਬ ਬਿਨਾ ਕਿਸੇ ਲਾਲਚ ਦੇ ਪਾਰਟੀ ਦੀ ਕੰਮ ਕਰਦੇ ਇਸ ਚ ਕੋਈ ਦੂਰਾਈ ਨਹੀਂ ਅਕਾਲੀ ਦਲ ਵਰਗਾ ਕਿਸੇ ਪਾਰਟੀ ਦਾ ਇਤਿਹਾਸ ਨਹੀਂ ਹੈ ਇਸ ਚ ਕੋਈ ਦੂਰਾਈ ਹੈ ਨਹੀਂ ਕਾਰਪੋਰੇਟ ਕਹਿੰਦੇ ਜਦੋਂ ਕਾਰਪੋਰੇਟ ਕਹਿੰਦੇ ਨਾ ਉਹ ਕਹਿੰਦੇ ਹੁੰਦੇ ਸੀ ਕਾਰਪੋਰੇਟ ਹੁਣ ਤਾਂ ਕਹਿਣਾ ਹੁਣ ਬੰਦ ਕਰਤਾ ਉਹ ਜਦੋਂ ਕਾਰਪੋਰੇਟ ਕਹਿੰਦੇ ਸੀ ਉਦੋਂ ਵਰਕਰ ਦੀ ਇਨਸਲਟ ਕਰਦੇ ਸੀ ਉਹ ਉਹ ਮੈਂ ਮੈਂ ਮਹਿਸੂਸ ਕਰਦਾ ਉਹ ਵਰਕਰ ਦੀ ਇਨਸਲਟ ਸੀ ਟੀਨਸਰ ਸਾਹਿਬ ਕਲਮੀਤ ਸ਼ਾਹ ਹੁਣਾਂ ਨੇ ਇੱਕ ਐਲਾਨ ਕੀਤਾ ਇਹ ਧਰਮ ਪਰਵਰਤਨ ਨੂੰ ਲੈ ਕੇ ਕਾਨੂੰਨ ਲਿਆਂਦਾ ਜਾਏਗਾ। ਸ਼ਰਮਨੀ ਅਕਾਲੀ ਦਲ ਸੰਯੁਕਤ ਦਾ ਕੀ ਸਟੈਂਡ ਹੈਗਾ ਇਸ ਤੇ? ਨਹੀਂ ਦੇਖੋ ਧਰਮ ਜਿਹੜਾ ਅਸੀਂ ਇਹ ਹਮੇਸ਼ਾ ਰਹੇ ਆ ਕਿ ਜਿਹੜੇ ਧਰਮ ਨੂੰ ਮਿਸਯੂਜ਼ ਕਰ ਰਹੇ ਨੇ ਧਰਮ ਪਰਵਰਤਨ ਕਰਾ ਰਹੇ ਨੇ ਅਸੀਂ ਵੀ ਉਹਦੇ ਖਿਲਾਫ ਆ। ਹੂੰ। ਜੇ ਕੋਈ ਆਪਨੇ ਆਪ ਧਰਮ ਚੇਂਜ ਕਰਦਾ ਉਹ ਤੇ ਵਕਰੀ ਗੱਲ ਹੈ। ਹੂੰ। ਲੇਕਿਨ ਜੇ ਜੇ ਕੋਈ ਕਿਸੇ ਲਾਲਚ ਚ ਲਿਆ ਕੇ ਡਰਾ ਕੇ ਜਾਂ ਉਹਨੂੰ ਕੋਈ ਤੰਗ ਨਾਲ ਕਰਾਉਂਦਾ ਤਾਂ ਉਹ ਦੇਸੀ ਖਿਲਾਫਤ ਹੁੰਦਾ ਹੂੰ ਪਰ ਟੀੰਸਾ ਸਾਹਿਬ ਜਦੋਂ ਤਰਮ ਪਰਵਰਤਨ ਦੀ ਗੱਲ ਆਉਂਦੀ ਹੈ ਇਹ ਇਹਦੀ ਇਹਦੀ ਲੀਕ ਕਿਦਾਂ ਖਿੱਚੀ ਜਾਏਗੀ ਤਾਂ ਲੱਗਦਾ ਕਿ ਇਹ ਡਰਾ ਕੇ ਕੀਤਾ ਗਿਆ ਜਾਂ ਇਹ ਕਿਸੇ ਲਾਲਚ ਦੇ ਨਾਲ ਕੀਤਾ ਗਿਆ ਤਾਂ ਲੱਗਦਾ ਨਾ ਹੂੰ ਉਹ ਤਾਂ ਪਤਾ ਹੀ ਲੱਗਦਾ ਹੂੰ ਲੋਕਾਂ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਵੀ ਜਿਹੜਾ ਤਰਮ ਮੰਨਣਾ ਚਾਹੇ ਮੰਨ ਲੈਣ ਨਹੀਂ ਨਹੀਂ ਅਧਿਕਾਰ ਤਾਂ ਉਹਦਾ ਹੈਗੇ ਉਹਨੂੰ ਤਾਂ ਕੋਈ ਨਹੀਂ ਰੋਕਦਾ ਹੂੰ ਉਹਨੂੰ ਤਾਂ ਅਸੀਂ ਵੀ ਕਹਿੰਦੇ ਵੀ ਠੀਕ ਹੈ ਜੇ ਆਪਣੇ ਆਪ ਕੋਈ ਕਰਦਾ ਜੇ ਕੋਈ ਇਸੇ ਲਾਲਚ ਚ ਕਰਦਾ ਹੈ ਕਿਸੇ ਨੂੰ ਪੈਸੇ ਦੇ ਲਾਲਚ ਹੈ ਕਿਸੇ ਨੂੰ ਕਿਸੇ ਹੋਰ ਲਾਲਚੀ ਕਰਦਾ ਉਹਦੇ ਉਹਦੇ ਖਿਲਾਫ ਹਮ ਅਕਾਲੀ ਦਲ ਜਿਹੜੀ ਇੱਕ ਲੜਾਈ ਲੜਦਾ ਰਿਹਾ ਸੰਵਿਧਾਨ ਦੀ ਧਾਰਾ 25 ਬੀ ਚ ਅਮੈਂਡਮੈਂਟ ਦੇ ਲਈ ਬੜੀ ਲੰਬੀ ਲੜਾਈ ਉਹ ਅਜੇ ਵੀ ਚੀਜ਼ ਉੱਥੇ ਹੀ ਖੜੀ ਹੈਗੀ ਹੈ ਅਜੇ ਵੀ ਤੁਹਾਨੂੰ ਲੱਗਦਾ ਕੀ ਇਸ ਚੀਜ਼ ਇੱਕ ਅਕਾਲੀ ਦਲ ਦਾ ਜਿਹੜਾ ਸਟੈਂਡ ਰਿਹਾ 25 ਦੀ ਅਮੈਂਡਮੈਂਟ ਸੰਵਿਧਾਨ ਦੀ ਧਾਰਾ 25 ਬੀਚ ਐਮੈਂਡਮੈਂਟ ਕੀ ਹਿੰਦੂਇਜ਼ਮ ਦੀ ਸ਼ਾਖਾ ਨਾ ਮੰਨਿਆ ਜਾਏ ਸਿੱਖਾਂ ਨੂੰ ਇੱਕ ਵੱਖਰੀ ਆਇਡੈਂਟੀਟੀ ਦੇ ਤੌਰ ਤੇ ਮੰਨਿਆ ਜਾਏ ਨਹੀਂ ਨਹੀਂ ਹੈ ਹੂੰ ਉਹਦੇ ਚ ਇਹ ਸੀਗਾ ਕਿ ਇਹ ਹੈ ਕਿ ਅਸੀਂ ਸਾਰੇ ਇਹਦੇ ਚ ਮੰਨਦੇ ਨੇ ਹੁਣ ਆਰਐਸਐਸ ਵੀ ਮੰਨਦੀ ਹੈ ਹੂੰ ਭਾਜਪਾ ਮੰਨਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਇਹ ਵੱਖਰਾ ਧਰਮ ਹੋ ਗਿਆ ਹੂੰ ਪਰ ਐਮੈਂਡਮੈਂਟ ਨਹੀਂ ਹੋਈ ਕਿਉਂਕਿ ਇਹ ਇਸ ਇਸ ਦੇ ਵਿੱਚ ਪ੍ਰੋਪਰ ਅਮੈਂਡਮੈਂਟ ਦੇ ਲਈ ਅਕਾਲੀ ਦਲ ਨੇ ਬਹੁਤ ਸੰਘਰਸ਼ ਵੀ ਕੀਤਾ ਬਹੁਤ ਮੁੱਦੇ ਚੁੱਕਦੇ ਨੇ ਵੱਡੇ ਬਾਦਲ ਸਾਹਿਬ ਨੇ ਇੱਕ ਵਾਰੀ ਸੰਵਿਧਾਨ ਦੀ ਕਾਪੀ ਫਾੜੀ ਸੀ ਉਹਦੇ ਹੋਈ ਵੀ ਹੈ ਹੂੰ ਉਹਦੇ ਵਿੱਚ ਥੋੜੀ ਹੋਈ ਆ ਸੀ ਅਜੇ ਪੂਰੀ ਜਿਹੜੀ ਸਾਡੀ ਤਸੱਲੀ ਨਹੀਂ ਹੋਈ ਅਮੈਂਡਮੈਂਟ ਜਦੋਂ ਆਪਣਾ ਸੈਂਟਰ ਦਾ ਮਨਿਸਟਰ ਸੀ ਨਾ ਉਹ ਮੁਸਲਮਾਨ ਦਾ ਨਾਂ ਪੁੱਲ ਗਿਆ ਖੁਰਸ਼ੀਦ ਐਮਦ ਹੂੰ ਉਹਦੋਂ ਅਮੈਂਡਮੈਂਟ ਕੀਤੀ ਹੈ ਹੂੰ ਇਹ ਨਹੀਂ ਹੈ ਕਿ ਕੋਈ ਨਹੀਂ ਲੇਕਿਨ ਉਹਦੇ ਵਿੱਚ ਪੂਰੀ ਅਮੈਂਡਮੈਂਟ ਨਹੀਂ ਹੋਈ ਉਹਦੇ ਵਿੱਚ ਕੁਝ ਅਜੇ ਰਹਿ ਗਿਆ ਸੀਗਾ لیکن ਉਹ ਸੇ 25 ਧਾਰਾ ਚੀ ਸਾਨੂੰ ਕਿਰਪਾਨ ਪਾਉਣ ਦਾ ਅਧਿਕਾਰ ਹੈ। ਹੂੰ ਕੁਝ ਲੋਕਾਂ ਦਾ ਖਿਆਲ ਇਹ ਹੈ ਕਿ 25 ਧਾਰਾ ਕੇ ਤੁਸੀਂ ਐਮੈਂਡਮੈਂਟ ਕਰਾਤੀ ਤੇ ਫਿਰ ਉਹਦਾ ਮਤਲਬ ਇਹ ਤੇ ਕਿਰਪਾਨ ਦਾ ਜੋ ਅਧਿਕਾਰ ਹੈ ਉਹ ਵੀ 25 ਧਾਰਾ ਦੇ ਅੰਦਰ ਮਿਲਦਾ ਸਾਨੂੰ। ਹੂੰ ਇਸ ਕਰਕੇ ਕਈ ਕੰਟਰੋਵਰਸ਼ਲ ਗੱਲਾਂ ਨੇ ਇਹਦੇ ਵਿੱਚ। ਹੂੰ ਉਹ ਉਹਦੇ ਵਿੱਚ ਵੀ ਕਈ ਜਦੋਂ ਮੋਰਚਾ ਲਾਇਆ ਉਹਦੋਂ ਵੀ ਕਈ ਸਾਡੇ ਲੀਡਰਾਂ ਚ ਇਕੱਲਾਵਾ ਸੀ। ਹੂੰ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਕੀ ਆ иде올ੋਜੀ ਹੈਗੀ ਐ ਸ਼ਰੂਮਨੀ ਅਕਾਲੀ ਦਲ ਸੰਯੁਕਤ ਨੂੰ ਲੈ ਕੇ ਕਿਉਂਕਿ ਬੀਜੇਪੀ ਨੇ ਹੁਣ ਕਰਨਾਟਕ ਦੇ ਵਿੱਚ ਵੀ ਯੂਨੀਫਾਰਮ ਸਿਵਲ ਕੋਡ ਦੀ ਗੱਲ ਕੀਤੀ ਐ ਕੱਲ ਹੀ ਹਜੇ ਉੱਥੇ ਹੋਈ ਐ ਉੱਤਰਾਖੰਡ ਦੇ ਵਿੱਚ ਵੀ ਇਹ ਗੱਲ ਕੀਤੀ ਗਈ ਐ ਉੱਤਰਾਖੰਡ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਕਿਹਾ ਕਿ ਜੇ ਸਾਡੀ ਸਰਕਾਰ ਦੁਬਾਰਾ ਰਿਪੀਟ ਹੁੰਦੀ ਐ ਤੇ ਅਸੀਂ ਯੂਨੀਫਾਰਮ ਸਿਵਲ ਕੋਡ ਲਾਗੂ ਕਰਾਂਗੇ ਤੁਹਾਡਾ ਕੀ ਸਟੈਂਡ ਹੋਏਗਾ ਦੇਖੋ ਮੇਰੀ ਗੱਲ ਸੁਣੋ ਸਾਡਾ ਇਹ ਕਾਮਨ ਮਿਨਿਮਮ ਪ੍ਰੋਗਰਾਮ ਤੇ ਸਾਡਾ ਬਣਿਆ ਸਾਡੀਆਂ ਸਾਡੀਆਂ ਆਪਣੀਆਂ ਪਾਲਿਸੀਆਂ ਬਕਰੀਆਂ ਐ ਹਮ ਬੀਜੇਪੀ ਦੇ ਬਕਰੀਆਂ ਐ ਕੈਪਟਨ ਸਾਹਿਬ ਦੀਆਂ ਬਕਰੀਆਂ ਹੂੰ ਇਹ ਹੈ ਕਿ ਸਾਡੇ ਇਹ ਨਹੀਂ ਹੈ ਕਿ ਸਾਰੇ ਅਸੀਂ ਉਹਨਾਂ ਦੇ ਹਰ ਚੀਜ਼ ਨਾਲ ਅਸੀਂ ਸਹਿਮਤ ਹੂੰ ਅਸੀਂ ਇੱਕ ਮਿਨਿਮਮ ਕਾਮਨ ਪ੍ਰੋਗਰਾਮ ਬਣਾ ਕੇ ਤੁਰਿਆ ਅਸੀਂ ਮੈਨੀਫੈਸਟੋ ਇੱਕ ਬਣਾ ਕੇ ਤੁਰਿਆ ਉਹਤੇ ਚੱਲਾਂਗੇ ਇਹ ਇਹ ਕਹੀਏ ਤੇ ਅਸੀਂ ਉਹਨਾਂ ਦੇ ਕਹੇ ਤੋਂ ਅਸੀਂ ਆਪਣੀ ਪਾਲਿਸੀ ਚੇਂਜ ਕਰਾਂਗੇ ਉਹ ਨਹੀਂ ਹੋਣਾ ਅਸੀਂ ਮੋਰ ਪਾਵਰ ਟੂ ਦੀ ਸਟੇਟ ਚਾਹੁੰਦੇ ਹੂੰ ਸ਼ਾਇਦ ਭਾਜਪਾ ਨਹੀਂ ਚਾਹੁੰਦੀ ਹੋਣੀ ਹੂੰ ਪਰ ਉਹ ਇਹ ਸਾਡੇ ਉਸ ਐਜੰਡੇ 'ਚ ਨਹੀਂ ਹੈ ਹੂੰ ਪਰ ਇਹ ਕਿਤੇ ਕੱਲ ਨੂੰ ਤੁਸੀਂ ਤੋਰ ਦਾ ਸਮਰਥਨ ਹੈਗਾ ਬੀਜੇਪੀ ਨੂੰ ਕੱਲ ਨੂੰ ਕਿਤੇ ਕਨਫਲਿਕਟ ਵਾਲੀ ਸਥਿਤੀ ਨਹੀਂ ਬਣ ਜੇ ਕਿ ਇਹ ਮੈਂ ਇਸ ਲਈ ਪੁੱਛ ਰਿਹਾ ਕਿਉਂਕਿ ਇੱਕ ਦਿਨ ਦੋ ਦਿਨ ਪਹਿਲੇ ਹਰਦੀਪ ਪੁਰੀ ਉਹਨਾਂ ਨੂੰ ਮੈਂ ਸਵਾਲ ਕੀਤਾ ਸੀਗਾ ਧਰਮ ਪਰਵਰਤਨ ਨੂੰ ਲੈ ਕੇ ਉਹ ਕਹਿੰਦੇ ਵੀ ਬੀਜੇਪੀ ਦੇ ਨਾਲ ਇਦਾਂ ਨਹੀਂ ਹੋ ਸਕਦਾ ਵੀ ਇੱਕ ਸਟੇਟ 'ਚ ਪਾਲਿਸੀ ਹੋ ਰਹੀ ਹੈ ਦੂਸਰੀ 'ਚ ਪਾਲਿਸੀ ਹੋ ਰਹੀ ਹੈ ਸਾਡੇ ਇੱਕ ਪਾਲਿਸੀ ਯੂਨੀਫਾਰਮਟੀ ਯੂਨੀਫਾਰਮਿਟੀ ਜਿਹੜੀ ਸਾਡੀ ਪਾਲਿਸੀ ਦੀ ਉਹ ਹਰ ਜਗ੍ਹਾ ਇੱਕ ਹੈ ਜੀ ਇਹ ਯੂਨੀਫਾਰਮ ਸਿਵਲ ਕੋਡ ਦੀ ਗੱਲ ਉੱਤਰਾਖੰਡ ਦੇ ਵਿੱਚ ਹੁੰਦੀ ਹੈ ਸਰਕਾਰ ਰੀਪੀਟ ਹੋਈ ਸੀ ਲਿਆਵਾਂਗੇ ਪੰਜਾਬ 'ਚ ਵੀ ਕੱਲ ਨੂੰ ਹੋ ਸਕਦੀ ਹੈ ਨੇ ਇਹ ਤਾਂ ਦੇਖੋ ਇਹ ਤਾਂ ਸਾਡੇ ਜੋ ਸਾਨੂੰ ਮਨਜ਼ੂਰ ਹੋਏਗਾ ਤਿੰਨੇ ਪਾਰਟੀਆਂ ਨੂੰ ਉਹੀ ਹੋਏਗਾ ਨਾ ਹੂੰ ਉੱਤੇ ਇੱਕ ਪਾਰਟੀ ਦੀ ਸਰਕਾਰ ਜਿੱਥੇ ਉਹਨਾਂ ਦੀ ਮਰਜ਼ੀ ਹੈ ਜੋ ਮਰਜ਼ੀ ਕਰ ਸਕਦੇ ਆ ਹੂੰ ਲੇਕਿਨ ਸਾਡੇ ਨਾਲ ਤਾਂ ਕੋਈ ਮਿਨੀਮਮ ਜਿਹੜਾ ਕੰਮ ਪ੍ਰੋਗਰਾਮ ਤੇ ਹੋਊਗਾ ਹੂੰ ਠੀਕ ਹੈ ਦਮਨ ਜੀ ਇੱਕ ਚੀਜ਼ ਹੋਰ ਜਿਹੜਾ ਮਾਫੀਆ ਦਾ ਸਭ ਤੋਂ ਵੱਧ ਗੱਲ ਹੋ ਰਹੀ ਹੈਗੀ ਹੈ ਅੱਜ ਦੇ ਦਿਨ ਤੇ ਵਿੱਚ ਤੋਡਾ ਵਿਜ਼ਨ ਕੀ ਹੈਗਾ ਪਾਰਟੀ ਦਾ ਵਿਜ਼ਨ ਕੀ ਹੈਗਾ ਕਿ ਤੁਹਾਡੀ ਜੇ ਸੱਤਾ ਦੇ ਵਿੱਚ ਆਂਦਾ ਹੈ ਤੇ ਉਹਨਾਂ ਲੀਡਰਾਂ ਦੇ ਨਕੇਲ ਕਿਵੇਂ ਲੱਗੇਗੀ ਜਿਹੜੇ ਉਧਰੋਂ ਇੱਧਰ ਚਲੇ ਗਏ ਇੱਧਰੋਂ ਉਧਰ ਆ ਗਏ ਨਹੀਂ ਸਭ ਤੋਂ ਇੱਕ ਕਲਚਰ ਤੇ ਉਹੀ ਹੈ ਕਿ ਜਦੋਂ ਪਾਵਰ ਦੇ ਵਿੱਚ ਆਉਂਦੇ ਸੱਤਾ ਦੇ ਵਿੱਚ ਆਉਂਦੇ ਤੇ ਉਹਨੂੰ ਸੱਤਾ ਨੂੰ ਚਲਾਉਣ ਦਾ ਉਹਦੇ ਸਟੀਰਿੰਗ ਤੇ ਬੈਠਣ ਦਾ ਤਰੀਕਾ ਲਗਭਗ ਸਾਰਿਆਂ ਦਾ ਇੱਕੋ ਜਿਹਾ ਹੋ ਜਾਂਦਾ ਇੱਕ ਤਾਂ ਤੁਸੀਂ ਪਹਿਲਾਂ ਗੱਲ ਰੱਖੀ ਸੀ ਹਮ ਐਫ ਆਈ ਆਰ ਵਾਲੀ ਹਮ ਐਫ ਆਈ ਆਰ ਹੋਈ ਇੱਕ ਪਿੱਛੇ ਜੇ ਡਰੱਗਸ ਨੂੰ ਲੈ ਕੇ ਹਮ ਉਹਦੇ ਵਿੱਚ ਇੱਕ ਸਾਡੇ ਜੋ ਬਾਦਲ ਕੰਪਨੀ ਦੇ ਰਿਸ਼ਤੇਦਾਰ ਆ ਉਹਨਾਂ ਦੇ ਐਫਆਈਆਰ ਹੁੰਦੀ ਹੈ ਤੇ ਮੈਂ ਉਦੋਂ ਅਖਬਾਰ ਪੜ੍ਹ ਰਿਹਾ ਸੀ ਵੀ ਅਕਾਲੀ ਦਲ ਜਿਹੜਾ ਆ ਉਹ ਕੋਈ ਮੋਰਚਾ ਲਾਏਗਾ ਬਾਦਲ ਕੰਪਨੀ ਜਿਹਨੂੰ ਉਹ ਪਕੜਨੇ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਅਕਾਲੀ ਦਲ ਤਾਂ ਬਹੁਤ ਮੋਰਚੇ ਲਾਉਂਦਾ ਹੁੰਦਾ ਸੀ ਵੀ ਸ਼ਾਇਦ ਜਾਗੀ ਦੁਆਰਾ ਰੂਹ ਜਾਗੀ ਬਈ ਪੰਜਾਬ ਪੰਜਾਬ ਦੇ ਪਾਣੀਆਂ ਦਾ ਮੋਰਚਾ ਪੰਜਾਬੀ ਬੋਲ ਦੇ ਲਾਕਿਆਂ ਦਾ ਮੋਰਚਾ ਕੁੰਜੀਆਂ ਦਾ ਮੋਰਚਾ ਜੈਤੋਂ ਦਾ ਮੋਰਚਾ ਇਹ ਸੀ ਕਾਲੀ ਦਲ ਦਾ ਇਤਿਹਾਸ ਪਰ ਮੈਂ ਜਦੋਂ ਖਬਰ ਪੜ੍ਹੀ ਉਹਦੇ ਆਸਤੇ ਮੈਂ ਥੱਲੇ ਦੇਖਿਆ ਵੀ ਜਿਹੜਾ ਹੁਣ ਬਾਦਲ ਕੰਪਨੀ ਨੇ ਮੋਰਚਾ ਲਾਉਣਾ ਹੈ ਉਹ ਸੀਐਮ ਦੀ ਕੋਠੀ ਦੇ ਅੱਗੇ ਲਾਉਣਾ ਹੈ ਵੀ ਉਹਦੇ ਵਿੱਚ ਇਹ ਗੱਲ ਕਰਨੀ ਹੈ ਵੀ ਸਾਡੇ ਰਿਸ਼ਤੇਦਾਰ ਤੇ ਝੂਠੀ ਐਫਆਈਆਰ ਜਿਹੜੀ ਉਹ ਕੀਤੀ ਗਈ ਹੈ ਤੇ ਉਹ ਵੀ ਜਿਹੜੀ ਡਰੱਗ ਦੀ ਸੋ ਇਹ ਇਹ ਬਾਦਲ ਕੰਪਨੀ ਦੇ ਇਹ ਸਿਧਾਂਤ ਆ ਕਿ ਵੀ ਜਦੋਂ ਤੱਕ ਪੰਜਾਬ ਦੇ ਮਸਲੇ ਦੀ ਗੱਲ ਆਉਂਦੀ ਹੈ ਉਦੋਂ ਕੋਈ ਮੋਰਚਾ ਨਹੀਂ ਹੂੰ ਜਦੋਂ ਸਿੱਖ ਇਸ਼ੂਸ ਤੇ ਗੱਲ ਆਉਂਦੀ ਹੈ ਕੋਈ ਮੋਰਚਾ ਨਹੀਂ ਜਦੋਂ ਕਿਤੇ ਆਪਣੇ ਰਿਸ਼ਤੇ ਤੇ ਸਾਰਾ ਇਕਾਲੀ ਦਲ ਝੋਕਦਾ ਉਹਦੇ ਤੇ ਜਿਹੜਾ ਉਹਨਾਂ ਨੇ ਕਾਡਰ ਹਾਈਜੈਕ ਕੀਤਾ ਹੋਇਆ ਆ ਜਿਹੜਾ ਇੱਕ ਮਖੌਟਾ ਪਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਨੂੰ ਹਾਈਜੈਕ ਕਰ ਰੱਖਿਆ ਪੂਰੇ ਕਾਡਰ ਨੂੰ ਉਹ ਉੱਥੇ ਜਾ ਕੇ ਝੋਕਤਾ ਆਪਣੀ ਰੱਖਿਆ ਵਾਸਤੇ ਤੇ ਐਵੇਂ ਜਦੋਂ ਸੈਂਟਰ ਚ ਜਾਂਦੇ ਸੀ ਉਦੋਂ ਵੀ ਸਾਰਾ ਕੁਝ ਠੀਕ ਹੈ ਜੀ ਕਹਿੰਦੇ ਸੀ ਸਾਡਾ ਪੰਜਾਬ ਤਾਂ ਹੱਸਦਾ ਖੇਡਦਾ ਵੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਤਾਂ ਇੱਕ ਵਜੀਰੀ ਦੇ ਦਿਓ ਜੀ ਉੱਗ ਜੀ ਜੀ ਆਵਦੇ ਹਾਸਤੇ ਲੈ ਕੇ ਆ ਜਾਂਦੇ ਸੀ ਹੂੰ ਸੋ ਇਹ ਸੀ ਬਾਦਲ ਕੰਪਨੀ ਦੀ ਸੋਚ ਜਿਹੜੀ ਹੈ ਇਹ ਇੱਚ ਇੱਕ ਤੁਸੀਂ ਬੜੀ ਇੰਟਰਸਟਿੰਗ ਚੀਜ਼ ਕਹੀ ਢੀਂਸਾ ਸਾਹਿਬ ਪਾਣੀ ਦੀ ਗੱਲ ਕੀਤੀ ਆ ਕਾਲੀ ਦਲ ਨੇ ਪਾਣੀ ਨੂੰ ਲੈ ਕੇ ਵੀ ਬੜੀ ਲੰਬੀ ਲੜਾਈ ਲੜੀ ਹੈਗੀ ਆ ਬੀਜੇਪੀ ਨੈਸ਼ਨਲ ਪਾਰਟੀ ਹੈ ਜਿੰਨੇ ਪੰਜਾਬ ਚੋਂ ਵੀ ਵੋਟਾਂ ਲੈਣੀਆਂ ਹਰਿਆਣੇ ਚੋਂ ਵੀ ਵੋਟਾਂ ਲੈਣੀਆਂ ਪੰਜਾਬ ਦੇ ਪਾਣੀ ਦੇ ਲਈ ਬੀਜੇਪੀ ਸਟੈਂਡ ਲੈ ਪਾਈਗੀ ਕੱਲ ਨੂੰ ਉਹ ਤਾਂ ਪੰਜਾਬ ਤੇ ਪੰਜਾਬ ਤੇ ਬੀਜੇਪੀ ਦਾ ਹੁਣ ਵੀ ਸਟੈਂਡ ਸਾਡੇ ਨਾਲ ਹੈ ਹੂੰ ਜਿਹੜੀ ਬੀਜੇਪੀ ਪੰਜਾਬ ਚ ਹੈ ਨਾ ਉਹ ਤਾਂ ਹੁਣ ਵੀ ਸਟੈਂਡ ਇਹੀ ਹੈ ਕਿ ਪੰਜਾਬ ਨੂੰ ਪਾਣੀ ਮਿਲੇ ਹੂੰ ਇਹ ਤਾਂ ਕੇਜਰੀਵਾਲ ਨੂੰ ਪੁੱਛੋ ਜਿਹੜਾ ਉੱਥੇ ਜਾ ਕੇ ਕੁਛ ਹੋਰ ਕਹਿੰਦਾ ਇੱਥੇ ਹੋਰ ਕਹਿੰਦਾ ਇੱਥੇ ਤਾਂ ਕਿਸੇ ਬੀਜੇਪੀ ਨੇ ਲੀਡਰ ਨਹੀਂ ਕਿਹਾ ਹੂੰ ਕਿ ਅਸੀਂ ਪੰਜਾਬ ਨੂੰ ਪਾਣੀ ਨਹੀਂ ਲਿਆਉਣਾ ਚਾਹੁੰਦੇ ਹਰਿਆਣੇ ਨੂੰ ਦੇਣਾ ਚਾਹੁੰਦੇ ਹੂੰ ਨਹੀਂ ਪਰ ਜਦੋਂ ਜਦੋਂ ਹਰਿਆਣੇ ਦੇ ਬੀਜੇਪੀ ਦੇ ਲੀਡਰ ਤੇ ਹਰਿਆਣੇ ਦੇ ਪਾਣੀ ਦੀ ਗੱਲ ਕਰਨਗੇ ਉੱਥੇ ਜਾ ਕੇ ਸੈਂਟਰ ਦੇ ਹੱਥ ਖੜੇ ਹੋ ਜਾਣਗੇ ਬੇ ਅਸੀਂ ਹੁਣ ਕੀ ਕਰੀਏ ਕਿ ਆ ਸਟੈਂਡ ਬਦਲਣਾ ਨਹੀਂ ਪਏਗਾ ਬੀਜੇਪੀ ਨੂੰ ਉੱਥੇ ਜਾ ਕੇ ਭਾਈ ਕਮਾਨੂ ਹਾਈ ਕਮਾਂਡ ਦੀ ਸੋਚ ਜੋ ਮਰਜ਼ੀ ਹੋਵੇ ਅਸੀਂ ਇਸ ਗੱਲ ਤੇ ਬਿਲਕੁਲ ਐਗਰੀ ਨਹੀਂ ਕਰਾਂਗੇ ਸਾਡੀ ਪਾਰਟੀ ਤੁਹਾਨੂੰ ਪਹਿਲੇ ਵੀ ਢੀਂਸਾ ਸਾਹਿਬ ਨੇ ਕਿਹਾ ਸਾਡਾ ਕਾਮਨ ਮਿਨਿਮਮ ਪ੍ਰੋਗਰਾਮ ਹੈ ਅਸੀਂ ਕਾਮਨ ਮਿਨਿਮਮ ਪ੍ਰੋਗਰਾਮ ਦੇ ਤਹਿਤ ਅਸੀਂ ਕਿਸੇ ਸਟੇਜ ਤੇ ਵੀ ਕੰਪਰੋਮਾਈਜ਼ ਨਹੀਂ ਕਰਾਂਗੇ ਪਾਣੀ ਦੇ ਖੇਤਰ ਹਮ ਇਹੀ ਕਹਿਣਾ ਦੋ ਵੱਖਰੇ ਕਿਸਮ ਦੀਆਂ ਆਈਡੀਓਲੋਜੀਜ਼ ਹੈਗੀਆਂ ਨਹੀਂ ਇੱਕ ਰਾਤ ਜੇ ਖੜਦੀਆਂ ਤੇ ਬਹੁਤ سارے ਕਨਫਲਿਕਟ ਹੈ ਇਹਨੂੰ ਕਾਮਨ ਮਿਨਿਮ ਪ੍ਰੋਬਲਮ ਕਰਨਾ ਇੱਕ ਕਨਟਰਡਿਕਸ਼ਨਸ ਨੇ ਅੰਦਰ ਕੰਟਰਾਸਟ ਬਹੁਤ ਹੈ ਨਹੀਂ ਨਹੀਂ ਕੰਟਰਾਸਟ ਕੋਈ ਨਹੀਂ ਹੈ ਉਹ ਤਾਂ ਸੈਂਟਰ ਨੇ ਦੇਖਣਾ ਹੈ ਕਿ ਅਸੀਂ ਅਸੀਂ ਤੁਹਾਨੂੰ ਸਾਫ਼ ਵੀ ਗੱਲ ਕਰਾਂਗੇ ਜੇ ਸੈਂਟਰ ਨੇ ਸੈਂਟਰ ਦੀ ਲੀਡਰਸ਼ਿਪ ਭਾਜਪੀ ਦੀ ਇਨਸਾਫ਼ ਸਾਡੇ ਨਾਲ ਕਰੂ ਠੀਕ ਹੈ ਅਸੀਂ ਇਨਸਾਫ਼ ਤੋਂ ਬਿਨਾਂ ਤਾਂ ਮੰਗਦੇ ਹੀ ਨਹੀਂ ਕਿਸੇ ਦਾ ਹੱਕ ਨਹੀਂ ਅਸੀਂ ਖੋਣਾ ਚਾਹੁੰਦੇ ਅਸੀਂ ਕਹਿੰਦੇ ਸਾਡਾ ਹੱਕਾ ਕੋਈ ਖੋਏ ਹੂੰ ਤੇ ਫਿਰ ਜੇ ਹੁਣ ਉਹ ਕਰਨਗੇ ਉਹ ਸੈਂਟਰ ਦੀ ਇੰਨੀ ਕਿੰਨੀ ਇਹਦਾ ਕਾਂਗਰਸ ਨਾਲ ਤਾਂ ਇਹੀ ਤਾਂ ਸਾਡਾ ਝਗੜਾ ਰਿਹਾ ਕਿ ਕਾਂਗਰਸ ਨੇ ਇੱਕ ਸਟੇਟ ਦੀ ਮਦਦ ਕੀਤੀ ਹਰਿਆਣੇ ਦੀ ਮਦਦ ਕੀਤੀ ਪੰਜਾਬ ਦੀ ਨਹੀਂ ਕੀਤੀ ਹੂੰ ਇਹ ਕਰਕੇ ਅਸੀਂ ਨਹੀਂ ਜਾਂ ਅਸੀਂ ਨਹੀਂ ਸੋਚਦੇ ਕਿ ਸੈਂਟਰਲ ਲੀਡਰਸ਼ਿਪ ਹੈ ਜਿਹੜੀ ਭਾਜਪਾ ਦੀ ਉਹ ਇਸ ਤਰ੍ਹਾਂ ਨਹੀਂ ਬਾ ਮਦਦ ਕਰੇਗੀ ਭਾਜਪਾ ਦੀ ਹੂੰ ਹਰਿਆਣੇ ਦੀ ਢੀਂਸਾ ਸਾਹਿਬ ਇਸ 2 ਦਿਨਾਂ ਦੀ ਫੇਰੀ ਦੇ ਦੌਰਾਨ ਅਮਿਤ ਸ਼ਾਹ ਤੀਆਂ ਪ੍ਰਧਾਨ ਮੰਤਰੀ ਦੀ ਫੇਰੀ ਤੇ ਨਜ਼ਰ ਮਾਰੀਏ ਅ ਡੇਰਾ ਬਿਆਸ ਦੇ ਮੁਖੀ ਦੇ ਨਾਲ ਮਿਲਦੇ ਨੇ ਸੀਐਮ ਜਿਹੜੇ ਨੇ ਥੋੜੀ ਦੇਰ ਪਹਿਲਾਂ ਸੀਐਮ ਬੰਦ ਦੇ ਡੇਰਾ ਸਚਕਣ ਬੱਲਾ ਗਏ ਸੀਗੇ ਡੇਰਾ ਸੱਚਾ ਸੌਦਾ ਦੀ ਵੀ ਚਰਚਾ ਦੁਬਾਰਾ ਹੋਣ ਲੱਗ ਗਈ ਹੈ ਕਾਂਗਰਸ ਦੇ ਬਹੁਤ ਸਾਰੇ ਲੀਡਰ ਜਿਹੜੇ ਉਹ ਡੇਰੇ ਦੇ ਇਵੈਂਟ ਦੇ ਵਿੱਚ ਗਏ ਹੋਏ ਸੀਗੇ ਸੁਰਜੀਤ ਜਿਆਣੀ ਨੇ ਤੇ ਖੁੱਲ ਕੇ ਕਹਿ ਦਿੱਤਾ ਵੀ ਮੈਂ ਡੇਰੇ ਦਾ ਫਾਲੋਅਰ ਹੈਗਾ ਡੇਰਿਆਂ ਦਾ ਪੰਜਾਬ ਦੀ ਸਿਆਸਤ ਤੇ ਅਸਰ ਕੀ ਹੈਗਾ ਦੇਖੋ ਈਮਾਨਦਾਰ ਐਨਾਲਿਸਿਸ ਦਾ ਸੀ ਡੇਰਿਆਂ ਦਾ ਸਰ ਹਏ ਹੈ ਹੂੰ ਇਹਦੇ ਕੋਈ ਦੌਰਾਈ ਨਹੀਂ ਕੋਈ ਜੇ ਆਪਾਂ ਅਮੀਚ ਊਠਵਾਦੀ ਹੈ ਕੋਈ ਡੇਰਾ ਦਾ ਅਸਰ ਤਾਂ ਹੈ ਹੀ ਹੈ ਹੂੰ ਜਿਸ ਦੀ ਫੋਲੋਇੰਗ ਹੈਗੀ ਚਾਹੇ ਕਿਸੇ ਬੰਦੇ ਦੀ ਹੈ ਤੇ ਉਹਦਾ ਵੀ ਅਸਰ ਹੈ ਕਿਸੇ ਡੇਰੇ ਦੀ ਫੋਲੋਇੰਗ ਹੈ ਉਹਦਾ ਵੀ ਅਸਰ ਹੈ ਹੂੰ ਡੇਰਾ ਜਿਹੜੇ ਡੇਰਾ ਬਿਆਸ ਦੇ ਮੁਖੀ ਦੇ ਨਾਲ ਮੀਟਿੰਗ ਹੋਈ ਹੈ ਕੱਲ ਨੂੰ ਪੀਐਮ ਦੀ ਮੀਟਿੰਗ ਹੋਈ ਹੈ ਉਹ ਹਾਲਾਂਕਿ ਡੇਰਾ ਬਿਆਸ ਜਿਹੜਾ ਉਹ ਖੁੱਲ ਕੇ ਕਦੀ ਨਹੀਂ ਕਹਿੰਦਾ ਵੀ ਅਸੀਂ ਪੋਲੀਟੀਕਲੀ ਇਹਨੂੰ ਸਪੋਰਟ ਕਰ ਰਹੇ ਹਾਂ ਜਾਂ ਇਹਨੂੰ ਸਪੋਰਟ ਕਰ ਰਹੇ ਹੈਗੇ ਤੁਸੀਂ ਉਹਦਾ ਅਸਰ ਉਹਦਾ ਬੈਨੀਫਿਟ ਤੁਹਾਡੇ ਐਨਡੀਏ ਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਹੈਗੇ ਉਹ ਕਿੱਥੇ ਕਿ ਤੁਹਾਨੂੰ ਜ਼ਿਆਦਾ ਲੱਗਦਾ ਇਹ ਤੇ ਅਸੀਂ ਕਮੈਂਟ ਨਹੀਂ ਕਰਨਾ ਚਾਹੁੰਦੇ ਨਹੀਂ ਟੀਵੀ ਤੇ ਇਸ ਤਰ੍ਹਾਂ ਦੇ ਕਮੈਂਟ ਸਾਨੂੰ ਲੋਡ ਹੈ ਕੋਈ ਹੂੰ ਇਹ ਤਾਂ ਬਖਦਸ ਹੈਗਾ ਜਾਂ ਡੈਰੇਆਂ ਦੇ ਮਾਲਕ ਦੱਸਣਗੇ ਕਿ ਉਹਨਾਂ ਦਾ ਕੀ ਉਹ ਪੋਲੀਟੀਕਲੀ ਦਖਲ ਦੇ ਦੇਣਗੇ ਕਿ ਨਹੀਂ ਦੇ ਕਈ ਡੈਰੇ ਨੇ ਉਹ ਕਹਿੰਦੇ ਸਾਡਾ ਪੋਲੀਟੀਕਲ ਕੋਈ ਦਖਲ ਨਹੀਂ ਹੂੰ ਕੋਈ ਆਪਦੇ ਫੋਲੋਇੰਗ ਫਾਲੋਅਰ ਨੂੰ ਨਹੀਂ ਕਹਦੇ ਉਹ ਹੂੰ ਇਸ ਕਰਕੇ ਇਹ ਜ਼ਰੂਰ ਹੈ ਕਿ ਮੈਸੇਜ ਦੇਣਾ ਮਿਲਣਾ ਚੰਗੇ ਚੰਗਾ ਉਹ ਤਾਂ ਕਹਿੰਦੇ ਐਸਐਮਐਸ ਚਲੇ ਜਾਂਦੇ ਆ ਚਲੋ ਖੁੱਲ ਕੇ ਕੋਈ ਵੀ ਨਹੀਂ ਕਹਿੰਦੇ ਹਾਂ ਨਹੀਂ ਕੋਈ ਮੇਰਾ ਖਿਆਲ ਇਸ ਤਰ੍ਹਾਂ ਨਹੀਂ ਹੈ ਉਹ ਤਾਂ ਹੁਣ ਉਹਨਾਂ ਦੇ ਮਰਜ਼ੀ ਤੇ ਹੈ ਨਾ ਡੇਰੇ ਦੇ ਜਿਹੜਾ ਹੈੱਡ ਹੈ ਉਹ ਉਹਦੀ ਮਰਜ਼ੀ ਤੇ ਉਹਦਾ ਕੀ ਕਰ ਲੈ ਹੂੰ ਡੇਰਾ ਚਲੋ ਡੇਰੇ ਤੋਂ ਇਲਾਵਾ ਮੈਂ ਆਖਰੀ ਸਵਾਲ ਤੁਹਾਨੂੰ ਕਰ ਲੈਣਾ ਅੱਜ ਚਰਨਜੀਤ ਚੰਨੀ ਹੁਣਾਂ ਨੇ ਰੈਲੀ ਤੇ ਪਹੁੰਚਣਾ ਸੀਗਾ ਹੁਸ਼ਿਆਰਪੁਰ ਉਹਨਾਂ ਦਾ ਜਿਹੜਾ ਚੌਪਰ ਹੈ ਉਹ ਟੇਕ ਆਫ ਨਹੀਂ ਕਰ ਪਾਇਆ ਕਾਂਗਰਸ ਦੇ ਲੀਡਰ ਸੁਨੀਲ ਜਾਖੜ ਹੋਣਾ ਨੇ ਕਿਹਾ ਕਿ ਬਦਲਾ ਲਿਆ ਗਿਆ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਫਿਰੋਜ਼ਪੁਰ ਰੈਲੀ ਦੇ ਵਿੱਚ ਨਹੀਂ ਪਹੁੰਚ ਸਕੇ ਸੀ ਹੁਸ਼ਿਆਰਪੁਰ ਤੋਂ ਬਾਅਦ ਚਰਨਜੀਤ ਚੰਨੀ ਜਿਹੜੇ ਨੇ ਉਹ ਗਰਦਾਸਪੁਰ ਵੀ ਨਹੀਂ ਪਹੁੰਚ ਸਕੇ ਉਹ ਇਹਦਾ ਮੈਸੇਜ ਇਸ ਤਰ੍ਹਾਂ ਦੇ ਨਾਲ ਹੁਣ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਪ੍ਰਧਾਨ ਮੰਤਰੀ ਨੇ ਦੱਸ ਦਿੱਤਾ ਕਿ ਹੂ ਇਜ਼ ਮੋਰ ਪਾਵਰਫੁਲ ਠੀਕੋ اپੋਜੀਸ਼ਨ ਨੇ ਆਪਣੀਆਂ ਉਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੂੰ ਕਿ ਪ੍ਰਧਾਨ ਮੰਤਰੀ ਕਿਵੇਂ ਰੋਕੂਗਾ ਉਹਨੂੰ ਕਿਉਂ ਰੋਕਿਆ ਹੋ ਪ੍ਰਧਾਨ ਮੰਤਰੀ ਨੇ ਹੂੰ ਕਿਸ ਕੀ ਇਸ਼ੂ ਰਾਇ ਰਹੇ ਨੇ ਵੀ ਪ੍ਰਧਾਨ ਮੰਤਰੀ ਮੈਂ ਇਸ ਲਈ ਤੁਹਾਡੇ ਤੋਂ ਜਵਾਬ ਹੀ ਲੈਣਾ ਚਾਹੁੰਦਾ ਸੀਗਾ ਇਸ ਤੇ ਕਾਊਂਟਰ ਸਵਾਲ ਕਿਉਂਕਿ ਅਸੀਂ ਇਹ ਬਾਅਦ ਵਿੱਚ ਵੀ ਚਲਾ ਸਕੀਏ ਕਿ ਇਹ ਇਸ ਤੇ ਇਹ ਜੋ ਇੱਕ ਨੈਰੇਟਿਵ ਬਣ ਰਿਹਾ ਸੁਨੀਲ ਜਾਖੜ ਨੇ ਮੰਚ ਤੋਂ ਔਨ ਰਿਕਾਰਡ ਕਿਹਾ ਦੇਖੋ ਔਨ ਰਿਕਾਰਡ ਇਹ ਪਤਾ ਕੀ ਹੈ ਇਲੈਕਸ਼ਨ ਦਾ ਦਿਨ ਐਸੇ ਨੇ ਕਿ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਹੁੰਦੀ ਰਹੇਗੀ ਹੂੰ ਔਰ ਹੁੰਦੀ ਰਹੀ ਹੈ ਹੂੰ ਇਹਦੇ ਵਿੱਚ ਕੋਈ ਦੋਰਾ ਨਹੀਂ ਇਲਜ਼ਾਮਬਾਜ਼ੀ ਹੈ ਉਹਦੇ ਹੋਊਗਾ ਪਰ ਉਹਨੇ ਕਿਵੇਂ ਰੋਕਤਾ ਜੀ ਪ੍ਰਾਈਮ ਮਿਨਿਸਟਰ ਨੇ ਉਹਨੂੰ ਹੂੰ ਇਹ ਤਾਂ ਦਸਰ ਵੀ ਕਿਵੇਂ ਰੋਕਿਆ ਉਹਨੂੰ ਤੇ ਟਿੱਕੋਫ ਹੀ ਨਹੀਂ ਹੋਣ ਦਿੱਤਾ ਕਹਿੰਦੇ ਉੱਥੇ ਮਤਲਬ ਆਪਣੇ ਘਰ ਚ ਚਰਨਜੀਤ ਚੰਨੀ ਹੁਣਾ ਦੀ ਸਟੇਟਮੈਂਟ ਆਈ ਹੈ ਕਹਿੰਦੇ ਮੈਂ ਸਟੇਟ ਦਾ ਸੀਐਮ ਹੈਗਾ ਅੱਤਵਾਦੀ ਨਹੀਂ ਆ ਵੀ ਮੈਨੂੰ ਆਪਣੀ ਰੈਲੀ ਚ ਪਹੁੰਚ ਨਹੀਂ ਦਿੱਤਾ ਨਹੀਂ ਉਹ ਕਿਨੇ ਨਹੀਂ ਪਹੁੰਚਣ ਦਿੱਤਾ ਉਹ ਉਹਨੂੰ ਅੱਜ ਮੰਦਿਰ ਤੇ ਨਹੀਂ ਪਹੁੰਚਣ ਦਿੱਤਾ ਹੂੰ ਅੱਜ ਮੰਦਿਰ ਤੇ ਨਹੀਂ ਪਹੁੰਚਣ ਦਿੱਤਾ ਪ੍ਰਾਈਮ ਮਿਨਿਸਟਰ ਨੂੰ ਦੇਈਦਾ ਪ੍ਰਾਈਮ ਸਭ ਤੋਂ ਪਾਵਰਫੁਲ ਮੈਨ ਹੈ ਹੂੰ ਦੁਨੀਆ ਦੇਸ਼ ਦਾ ਉਹਨੂੰ ਅੱਜ ਮੰਦਿਰ ਚ ਨਹੀਂ ਜਾਣ ਦਿੱਤਾ ਹੂੰ ਕੀ ਅਸੀਂ ਇਹ ਕਹੀਏ ਬਈ ਹੁਣ ਚੰਨੀ ਨੇ ਰੋਕਤਾ ਹੋ ਚੰਨੀ ਰੋਕਿਆ ਨਾ ਹੂੰ ਫਿਰ ਇਹ ਤਾਂ ਇਹ ਤਾਂ ਇੱਕ ਦੂਸਰੇ ਤੇ ਇਲਜ਼ਾਮ ਲੱਗਦੇ ਰਹਿਣਗੇ ਇਹਦੇ ਜੇ ਇਲੈਕਸ਼ਨਰ ਤੇ ਹੁੰਦਾ ਰਹਿੰਦਾ ਕੋਈ ਗੱਲ ਭਾਵੇਂ ਤੁਸੀਂ ਕੀ ਸੋਚਦੇ ਹੋ ਪ੍ਰਧਾਨ ਮੰਤਰੀ ਸਾਹਿਬ ਐਡੀ ਵੱਡੀ ਕੰਟਰੀ ਦੇ ਪ੍ਰਧਾਨ ਮੰਤਰੀ ਨੇ ਇਨਾ ਵੱਡਾ ਉਹਨਾਂ ਤੇ ਜ਼ਿੰਮੇਵਾਰੀ ਆ ਉਹ ਸਿਰਫ ਇੱਕ ਚੰਨੀ ਦੇ ਹੈਲੀਕਾਪਟਰ ਨੂੰ ਹੀ ਦੇਖੀ ਫਿਰਦੇ ਕਿੱਧਰ ਜਾਂਦਾ ਕਿੱਧਰ ਨਹੀਂ ਜਾਂਦਾ ਇਹ ਇਹ ਸੁਨੀਲ ਜਾਕਰ ਨੇ ਸੁਨੀਲ ਮੰਚ ਨੂੰ ਸੰਬੋਧਨ ਕਰਦਿਆ ਕਿਹਾ ਕਾਂਗਰਸ ਦੇ ਐਕਸ ਪ੍ਰੈਜ਼ੀਡੈਂਟ ਐਕਸ ਐਮਪੀ ਹੁਣ ਇਹ ਬਿਲਕੁਲ ਸੁਨੀਲ ਜਾਕਰ ਦਾ ਕਈ ਤਰ੍ਹਾਂ ਦੀ ਗੱਲ ਕਰਦਾ ਸੁਨੀਲ ਜਾਕਰ ਤੇ ਇਹ ਵੀ ਕਹਿੰਦਾ ਵੀ ਮੈਨੂੰ ਸੀਐਮ ਨਹੀਂ ਬਣਨ ਦਿੱਤਾ ਉਹ ਉਸੇ ਕਾਂਗਰਸੀ ਸਟੇਜ ਤੇ ਜਾ ਕੇ ਫਿਰ ਭਾਸ਼ਣ ਵੀ ਦਿੰਦਾ ਹੂੰ ਉਹ ਦੇਖੋ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਬਾਰੇ ਇਹ ਗੱਲ ਕਹਿਣੀ ਤੁਸੀਂ ਕੀ ਸੋਚਦੇ ਹੋ ਪ੍ਰਧਾਨ ਮੰਤਰੀ ਸਾਹਿਬ ਐਡੀ ਵੱਡੀ ਉੱਚੀ ਪੋਸਟ ਤੇ ਬੈਠੇ ਨੇ ਉਹ ਆਪਣੀ ਕੰਟਰੀ ਬਾਰੇ ਸੋਚਣਗੇ ਕਿ ਜਾਂ ਆਪਣੀ ਪਾਰਟੀ ਬਾਰੇ ਸੋਚਣਗੇ ਜਾਂ ਚੰਨੀ ਹੈਲੀਕਾਪਟਰ ਬਾਰੇ ਸੋਚੀ ਜਾਂਦੇ ਕਿ ਇੱਧਰ ਜਾਣਾ ਕਿੱਧਰ ਨਹੀਂ ਜਾਣਾ ਹੂੰ ਇਹ ਦੇਖੋ ਇਹ ਗੱਲ ਹੈ ਐਵੀਏਸ਼ਨ ਮਿਨਿਸਟਰੀ ਨੇ ਜਿਹੜੀਆਂ ਪਰਮਿਸ਼ਨਸ ਦੇਣੀਆਂ ਹੁੰਦੀਆਂ ਨੇ ਉਹ ਪਰਮਿਸ਼ਨ ਦਾ ਉਹਨਾਂ ਦੇ ਨਾ ਪ੍ਰਧਾਨ ਮੰਤਰੀ ਸਾਹਿਬ ਦੀ ਕੀ ਇੰਟਰਫੇਰੈਂਸ ਹੋ ਸਕਦੀ ਹੈ ਉਹਨਾਂ ਨੇ ਦੇਖਿਆ ਉਹਨਾਂ ਪ੍ਰਧਾਨ ਮੰਤਰੀ ਸਾਹਿਬ ਦੇ ਹੈਲੀਕਾਪਟਰਸ ਨੇ ਉਡਣਾ ਉਹਨਾਂ ਨੇ ਆਣਾ ਤੇ ਜਾਣਾ ਉਸ ਦਾ ਉਹਨਾਂ ਕੋਈ 에ਅਰ ਸਪੇਸ ਨਹੀਂ ਹੋਏਗੀ ਉਦੋਂ ਉਹਨਾਂ ਨਾਲ ਦਿੱਤੀ ਹੋਈ ਪਰਮਿਸ਼ਨ ਤੇ ਇਹ ਕਹਿਣਾ ਵੀ ਜਾਣ ਕੇ ਨਹੀਂ ਪਰਮਿਸ਼ਨ ਦਿੱਤੀ ਇਹ ਗਲਤ ਗੱਲ ਹੈ ਗਲਤ ਗੱਲ ਹੈ ਟੀਨਸਰ ਸਾਹਿਬ ਆਖਰੀ ਕਮੈਂਟ ਇੱਕ ਦੇ ਦਿਓ ਪੀਐਮ ਦਾ ਤੋਰਾ ਵੀ ਹੋ ਗਿਆ ਸੈਂਟਰ ਦੇ ਬਹੁਤ ਸਾਰੇ ਯੂਨੀਅਨ ਮਿਨਿਸਟਰ ਪੰਜਾਬ ਦੇ ਵਿੱਚ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਸੈਂਟਰ ਨੇ ਪੂਰੀ ਫੋਰਸ ਲਾ ਦਿੱਤੀ ਪੰਜਾਬ ਦੇ ਵਿੱਚ ਬੀਜਪੀ ਜਾਂ ਮੈਂ ਐਨਡੀਏ ਕਮਾਂ ਐਨਡੀਏ ਦਾ ਤੁਸੀਂ ਸਪੇਸ ਕਿੱਥੇ ਦੇਖ ਰਹੇ ਹੋ ਕਿਉਂਕਿ ਪੈਰਲਰਲੀ ਜਿਹੜੇ ਸਰਵੇਜ਼ ਆ ਰਹੇ ਨੇ ਉਹਨਾਂ ਦੇ ਵਿੱਚ ਕੋ ਬਹੁਤਾ ਚੰਗਾ ਹੁਲਾਰਾ ਜਾਂ ਬਹੁਤਾ ਚੰਗਾ ਵਿਊ ਨਿਕਲ ਕੇ ਨਹੀਂ ਆ ਰਿਹਾ ਤੁਸੀਂ ਜ਼ਮੀਨ ਤੇ ਜੋ ਦੇਖ ਰਹੇ ਹੋ ਉਹਨੂੰ ਇਮਾਨਦਾਰ ਐਨਾਲਿਸਿਸ ਕੀ ਕਰ ਰਹੇ ਹੋ ਦੇਖੋ ਇਹਦੇ ਵਿੱਚ ਕੋਈ ਦੌਰਾਨਿਕ ਅਸੀਂ ਬਹੁਤ ਲੇਟ ਸ਼ੁਰੂ ਕੀਤਾ ਹੂੰ ਸਾਡਾ ਗੱਠ ਜੋੜੀ ਬਹੁਤ ਲੇਟ ਹੋਇਆ ਹੂੰ ਲੇਟ ਹੋਣ ਤੋਂ ਬਾਅਦ ਸ਼ੁਰੂ ਹੁਣ ਸ਼ੁਰੂਆਤ ਹੋਈ ਤੇ ਹੁਣ ਸਾਡਾ ਕੋੜੀ ਬਹੁਤ ਪੂਰੀ ਤਰ੍ਹਾਂ ਭੱਜ ਗਈ ਹੈ ਪੰਜ ਪੀ ਹੈ ਅਸੀਂ ਪੂਰੀ ਸਪੀਡ ਤੇ ਜਾ ਰਹੇ ਹਾਂ ਔਰ ਅਜੇ 5 ਦਿਨਾਂ ਦੇ ਅੰਦਰ ਸਾਡੇ ਬਹੁਤ ਵੱਡਾ ਚੇਂਜ ਆ ਰਹੀ ਹੈ ਪਹਿਲਾਂ ਜਿੱਥੇ ਪੰਜ ਚਾਰ ਕਹਿੰਦੇ ਸੀ ਹੁਣ 10 15 20 25 ਕਹਿਣ ਲੱਗ ਗਏ 20 25 ਨਹੀਂ ਫਿਰ 30 40 ਹੋ ਜਾਣਗੇ ਇਹ 5 6 ਦਿਨਾਂ ਚ ਕਵਰ ਕਰ ਲੋਗੇ ਇਹਨਾਂ ਕਿਉਂ ਨਹੀਂ ਹੁੰਦਾ ਕਿਉਂ ਕਵਰ ਨਹੀਂ ਹੋਣਾ ਜੀ ਕੀ ਐਸਟੀਮੇਟ ਲਾ ਕੇ ਚੱਲ ਰਹੇ ਆਂ ਡੀ ਨੂੰ ਕਿੰਨੀਆਂ ਸੀਟਸ ਆ ਸਕਦੀਆਂ ਨੇ ਦੇਖੋ ਅੱਜ ਮੈਂ ਇਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਇਨੀ ਇਲੈਕਸ਼ਨਸ ਦੇਖੇ ਕਿ ਸਭ ਬਹੁਤ ਐਕਸਪੀਰੀਐਂਸਡ ਪੋਲੀਟੀਸ਼ੀਅਨ ਮੈਂ ਤੁਹਾਨੂੰ ਕਹਿਆ ਨਾ ਵੀ ਪੰਜਾਬ ਦੀ ਸਿਚੁਏਸ਼ਨ ਹੈ ਇਸ ਵਾਰ ਹਰ ਰੋ ਚੇਂਜ ਹੁੰਦੀ ਹੈ ਹੂੰ ਦੇਖਦੇ ਹੋ ਨਾ ਰੋਜ਼ ਚੇਂਜ ਹੁੰਦੀ ਹੈ ਹੂੰ ਤੁਹਾਡਾ ਤਜਰਬਾ ਹੈਗਾ ਇਸ ਤਰ੍ਹਾਂ ਦੇ ਇਲੈਕਸ਼ਨਸ ਦਾ ਜਿੰਨੀਆਂ 5 ਧਿਰਾਂ ਇਸ ਵਾਰੀ ਇਹ ਲੜ ਰਹੀਆਂ ਨੇ ਨਹੀਂ ਮੈਨੂੰ ਮੇਰਾ ਪਹਿਲਾਂ ਕਦੇ ਤਜਰਬਾ ਨਹੀਂ ਹੋਇਆ ਇਸ ਤਰ੍ਹਾਂ ਦਾ ਔਰ ਨਾ ਹੀ ਇਸ ਤਰ੍ਹਾਂ ਪਾਰਟੀਆਂ ਬਦਲਦੇ ਲੋਕ ਦੇਖੇ ਨੇ ਜਿਨੇ ਹੋਰ ਬਦਲਦੇ ਆ ਬਹੁਤ ਬਹੁਤ ਧੰਨਵਾਦ ਟੀਮਸ਼ਾ ਸਾਹਿਬ ਬਹੁਤ ਧੰਨਵਾਦ ਪਰ ਇੱਕ ਗੱਲ ਹੈ ਜੀ ਜੀ ਕਿ ਐਨਡੀਏ ਦੇ ਮਤੋਂ ਬਿਨਾ ਗਵ ਐਂਡਾਂ ਸਨ ਪਰਸੈਪਸ਼ਨ ਹੂੰ ਇਹ ਇਹਨੂੰ ਵੀ ਸੁਨੀਲ ਜਾਖੜ ਕਾਊਂਟਰ ਕਰ ਚੁੱਕੇ ਨੇ ਕਹਿੰਦੇ ਜਿੰਨੂੰ ਮਰਜ਼ੀ ਵੋਟ ਪਾਓ ਜਾਣਾ ਬੀਜੇਪੀ ਨੂੰ ਹੈ ਕਹਿੰਦੇ ਅੰਦਰ ਖਾਤੇ ਸੈਟਿੰਗ ਕਰ ਲਈ ਹੋਈ ਹੈ ਸਾਰੇ ਆ ਉਹ ਤਾਂ ਉਹ ਮੰਨ ਦਾ ਡਰ ਹੈ ਹੂੰ ਠੀਕ ਹੈ ਜੀ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਪੇਸਨ 3 ਸਾਹਿਬ ਬਾਕੀ ਉਹਨਾਂ ਦੇ 3 ਸਾਹਿਬ ਦੀ ਟੀਮ ਹਾਲਾਂਕਿ ਸੀਟਾਂ ਦਾ ਦਾਵਾ ਨਹੀਂ ਕਰ ਰਹੇ ਪਰ ਇਹਨਾਂ ਜ਼ਰੂਰ ਭਰੋਸਾ ਹੈ ਕਿ ਜਿਹਾ ਹੈ دیر ਦੇ ਨਾਲ ਕੈਂਪੇਨ ਸ਼ੁਰੂ ਕੀਤੀ ਹੈ ਕਹਿੰਦੇ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਬਾਅਦ ਮਾਹੌਲ ਬਣੇਗਾ ਤੇ ਆਉਂਦੇ 4-5 ਦਿਨਾਂ ਦੇ ਵਿੱਚ NDA ਜਿਹੜਾ ਜਿਹਨੂੰ ਬਹੁਤ ਘੱਟ ਆਕੇ ਦੇਖਿਆ ਜਾ ਰਿਹਾ ਸੀਗਾ ਉਹ ਇੱਕ ਕਿੰਗ ਮੇਕਰ ਦੀ ਭੂਮਿਕਾ ਦੇ ਵਿੱਚ ਨਿਕਲ ਕੇ ਆ ਸਕਦਾ ਹੈ। ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ ਫਿਲਹਾਲ ਦੇ ਲਈ ਧੰਨਵਾਦ।